ਕਿੱਥੇ ਵੱਗ ਗਈ ਸੀ ਪੁੱਤ ਤੂੰ? ਕਿਤੇ ਨਹੀਂ ਮੰਮੀ, ਸਹੇਲੀ ਕੋਲੇ ਗਈ ਸੀ ਤੇ ਤੁਹਾਨੂੰ ਪਤਾ ਉਹ ਕਾਲਜ ਵੀ ਲੱਗ ਗਈ ਹੈ ਤੇ ਤੁਸੀਂ ਹਲੇ ਤੱਕ ਡੈਡੀ ਨਾਲ ਗੱਲ ਨਹੀਂ ਕੀਤੀ। ਕੋਈ ਗੱਲ ਨਹੀਂ ਪੁੱਤ, ਮੈਂ ਗੱਲ ਕਰ ਲੈਣੀ ਹੈ। ਕਦੋਂ ਗੱਲ ਕਰਨੀ ਹੈ ਮੰਮੀ? ਰੋਜ਼ ਹੀ ਲਾਰੇ ਲਾਉਂਦੇ ਹੋ, ਅੱਜ ਗੱਲ ਕਰ ਲਾਂ ਕੱਲ੍ਹ ਗੱਲ ਕਰ ਲਾਂਗੀ। ਪੁੱਤ ਤੇਰੇ ਡੈਡੀ ਨਾ ਸਵੇਰੇ ਖੇਤ ਚਲਿਆ ਜਾਂਦਾ, ਉਹਦਾ ਚਾਹ ਕੁੜ ਵੀ ਨਾਲੀ ਬਣਾ ਕੇ ਲੈ ਜਾਂਦਾ, ਸ਼ਾਮ ਨੂੰ ਘਰੇ ਵੜਦਾ ਉਦੋਂ ਐਂ ਹੁੰਦਾ ਵੀ ਚੱਲ ਥੱਕਿਆ ਹਾਰ ਹੈ, ਜੇ ਗੱਲ ਕਰੂੰਗੀ ਤਾਂ ਮੂਡ ਖਰਾਬ ਹੋ ਜੂਗਾ, ਨਾਲੇ ਸਾਰੀ ਦਿਹਾੜੀ ਮੇਰਾ ਵੀ ਰੋਟੀ ਪਾਣੀ 'ਚ ਟਾਈਮ ਲੰਘ ਜਾਂਦਾ ਹੈਗਾ, ਵੈਸੇ ਗੱਲ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ। ਮੰਮੀ ਮੈਨੂੰ ਨਹੀਂ ਪਤਾ, ਮੈਂ ਤਾਂ ਕਾਲਜ ਜਾਣਾ, ਜਿਵੇਂ ਮਰਜ਼ੀ ਗੱਲ ਕਰੋ। ਪੁੱਤ ਤੈਨੂੰ ਨਹੀਂ ਪਤਾ ਪਰ ਮੈਨੂੰ ਪਤਾ ਹੈ ਬਈ ਤੇਰੇ ਡੈਡੀ ਨਹੀਂ ਮੰਨਣਾ ਅੱਗੇ ਵਾਸਤੇ, ਉਹਨੇ 10 ਤੈਨੂੰ ਮਸਾਂ ਪੜ੍ਹਾਈਆਂ ਨੇ, ਉਹ ਤਾਂ ਕਹਿੰਦਾ ਸੀ ਮੈਂ 10 ਹੀ ਪੜ੍ਹਾਊਂਗਾ, ਇਹ 2 ਵੀ ਨਾ ਮੈਂ ਉਹਦੇ ਤਰਲੇ ਮਿੰਨਤਾਂ ਕੀਤੇ ਨੇ ਤਾਂ ਤੂੰ ਪਲੱਸ 2 ਕੀਤੀ ਹੈ। ਫਿਰ ਕੀ ਹੋ ਗਿਆ ਮੰਮੀ, ਜੇ ਇੱਕ ਵਾਰੀ ਤੁਸੀਂ ਡੈਡੀ ਨਾਲ ਗੱਲ ਕਰ ਲਉਂਗੇ ਕੀ ਪਤਾ ਖੋਰੇ ਮੰਨ ਹੀ ਜਾਣ। ਚੱਲ ਪੁੱਤ ਕੋਈ ਨਾ, ਮੈਂ ਟਾਈਮ ਦੇਖ ਕੇ ਨਾ ਮੌਕਾ ਕੱਢ ਕੇ ਮੈਂ ਜ਼ਰੂਰ ਗੱਲ ਕਰ ਲੂੰਗੀ, ਤੂੰ ਦਿਮਾਗ ਨਾ ਖਰਾਬ ਕਰ। ਮੰਮੀ ਲਾਰੇ 'ਚ ਨਾ ਰੱਖਿਓ, ਅੱਜ ਜ਼ਰੂਰ ਗੱਲ ਕਰ ਲਿਓ। ਪੁੱਤ ਮੈਂ ਵੀ ਚਾਹੁੰਦੀ ਹਾਂ ਵੀ ਤੂੰ ਪੜ੍ਹੇ, ਕੋਈ ਨਾ ਮੈਂ ਗੱਲ ਕਰ ਲੂੰਗੀ, ਠੀਕ ਹੈ? ਪਾਣੀ ਤਾਣੀ ਪੀ ਲੈ ਜਾ ਕੇ। ਕਰ ਲਿਓ ਗੱਲ। ਕੋਈ ਨਾ ਮੈਂ ਪੱਕਾ ਕਰੂੰਗੀ, ਆ ਜਾਣ ਦੇ ਤੇਰੇ ਡੈਡੀ ਨੂੰ। ਪ੍ਰੀਤ! ਹਾਂਜੀ? ਉਹ ਪਾਣੀ ਦਾ ਗਲਾਸ ਲਿਆ। ਲਿਆਉਣੀ ਆ? ਓਹੋ, ਗਰਮੀ ਬਾਹਲੀ ਹੋਈ ਪਈ ਆ। ਆ ਲਓ ਜੀ, ਤੁਸੀਂ ਲੇਟ ਹੀ ਹੋ ਗਏ, ਗਰਮੀ ਤਾਂ ਦੇਖ ਲਓ ਕਿੰਨੀ ਹੋਈ ਪਈ ਆ, ਮਾੜਾ ਮੋਟਾ ਟਾਈਮ ਨਾਲ ਘਰੇ ਆ ਜਾ ਕਰੋ ਤਾਂ। ਓਏ ਪ੍ਰੀਤ, ਲੇਟ ਕਾਹਦਾ ਯਾਰ, ਉਹ ਕੰਪਿਊਟਰ ਕਰਾ ਲੱਗ ਰਿਹਾ ਸੀਗਾ, ਮੈਂ ਸੋਚਿਆ ਉੱਪਰ ਵਾਲੇ ਕਿੱਲੇ 'ਤੇ ਲਵਾ ਦਿੰਦਾ, ਹੁਣ ਉੱਧਰ ਚੱਲ ਰਿਹਾ ਸੀ ਕੰਮ ਤਾਂ ਕਰਕੇ ਲੇਟ ਹੋ ਗਿਆ। ਨਾਲੇ ਆਪਣੀ ਦੀਪੀ ਕਿੱਥੇ ਆ? ਉਹ ਦੀਪੀ ਤਾਂ ਜੀ ਆਪਦੀ ਸਹੇਲੀ ਕੋਲ ਗਈ ਹੋਈ ਆ, ਆ ਬਿੰਦਰ ਦੀ ਕੁੜੀ ਨਹੀਂ ਹੈ? ਹਾਂ, ਉਹਦੇ ਕੋਲ ਜਾ ਰਹੀ ਹੈਗੀ। ਕਿਉਂ, ਕਾਹਤੋਂ? ਸਾਰੀ ਕੁੜੀਆਂ ਕਾਲਜ ਲੱਗ ਗਈਆਂ ਅੱਗੇ, ਦੀਪੀ ਮੈਨੂੰ ਕਹਿੰਦੀ ਸੀ ਸਵੇਰੇ ਵੀ, ਕਹਿੰਦੀ ਮੰਮੀ ਮੈਨੂੰ ਵੀ ਲਾ ਦਿਓ ਕਾਲਜ। ਲੈ ਕਾਲਜ, ਤੂੰ ਸਮਝਾਉਣਾ ਸੀਗਾ? ਓਏ ਮੈਂ ਦੇਖਦਾ ਰੋਜ਼ ਕੁੜੀਆਂ ਜਾਂਦੀਆਂ ਕਾਲਜ ਨੂੰ, ਜਾਂਦੀਆਂ ਕਾਲਜ ਕੁਲਜ ਨਹੀਂ, ਆਹ ਮੁੰਡੇ ਨਾਲ ਖੜੀਆਂ ਹੁੰਦੀਆਂ ਨੇ। ਆਪਣੀ ਦੀਪੀ ਵਧੀਆ ਸਿਆਣੀ ਆ, ਇਹੋ ਜਿਹੇ ਕੰਮਾਂ 'ਚ ਨਹੀਂ ਪਾਉਣਾ ਮੈਂ, ਬਥੇਰਾ ਪੜ੍ਹਦੀ, ਵਿਆਹ ਕੇ ਤੋਰ ਦੇਣਾ, ਠੀਕ ਆ, ਰੱਬ ਦਾ ਬਥੇਰਾ ਕੁਝ ਦਿੱਤਾ ਹੋਇਆ ਪਾਉਣਾ ਨਾ। ਜਦੋਂ ਤੁਹਾਨੂੰ ਆਪ ਹੀ ਪਤਾ ਹੈਗਾ ਵੀ ਆਪਣੀ ਕੁੜੀ ਸਿਆਣੀ ਹੈਗੀ, ਫਿਰ ਤੁਸੀਂ ਪੁੱਠੇ ਪਾਸੇ ਕਿਉਂ ਸੋਚਦੇ ਹੋ? ਕੋਈ ਪਤਾ ਨਹੀਂ ਲੱਗਦਾ, ਨਾਲ ਦੇ ਸਾਥੀ ਖਰਾਬ ਕਰ ਦਿੰਦੇ, ਵਿਗਾੜ ਦਿੰਦੇ ਜਵਾਕ ਨੂੰ। ਮੇਰੀ ਧੀ ਇੱਦਾਂ ਦੀ ਨਹੀਂ ਹੈਗੀ, ਬਥੇਰੀ ਸਿਆਣੀ ਤੇ ਬਥੇਰੀ ਸਮਝਦਾਰ ਹੈ। ਤੂੰ ਤਾਂ ਮੈਨੂੰ ਲੜਨ ਲੱਗ ਜਾਂਦੀ ਹੈ, ਮੈਂ ਤੇਰੀ ਗੱਲ ਮੰਨਦਾ ਵੀ ਦੀਪੀ ਸਿਆਣੀ ਹੈ, ਪਰ ਪਤਾ ਨਹੀਂ ਲੱਗਦਾ ਹੈਗਾ ਅੱਜ ਕੱਲ੍ਹ ਜਵਾਕਾਂ ਦਾ, ਕੋਈ ਲੋੜ ਨਹੀਂ ਪੜ੍ਹਨ ਦੀ। ਮੇਰੀ ਸੁਣ ਗੱਲ, ਆ ਪਿੰਡ ਦੇ 3-4 ਕੁੜੀਆਂ ਫਤਿਹਗੜ੍ਹ ਜਾਂਦੀਆਂ ਨੇ ਸਿਲਾਈ ਸੈਂਟਰ 'ਚ, ਮੈਂ ਉੱਥੇ ਭੇਜ ਦਿਆ ਕਰਾਂ। ਸਿਲਾਈ ਸੈਂਟਰ ਜਦੋਂ ਛੁੱਟੀਆਂ ਹੁੰਦੀਆਂ ਨੇ ਉਦੋਂ ਸਿੱਖ ਲੂਗੀ, ਸਿਲਾਈ ਸੈਂਟਰ ਵੀ ਸਿੱਖ ਲੂਗੀ, ਕੋਈ ਗੱਲ ਨਹੀਂ। ਤੂੰ ਵੀ ਨਾ ਰਲ ਗਈ ਉਹਦੇ। ਮੇਰੀ ਗੱਲ ਸੁਣ, ਪੜ੍ਹ ਲਿਖ ਕੇ ਕੋਈ ਆਪਦੇ ਪੈਰਾਂ ਤੇ ਖੜੀ ਹੋ ਜੂਗੀ, ਜੇ ਕੋਈ ਨੌਕਰੀ ਨੌਕਰੀ ਲੱਗ ਗਈ ਵਧੀਆ, ਅੱਗੇ ਘਰ ਬਾਰ ਵਧੀਆ ਮਿਲ ਜੂਗਾ। ਉਹ ਕਿਹੜੀਆਂ ਨੌਕਰੀਆਂ ਧਰੀਆਂ ਪਈਆਂ ਅੱਜ ਕੱਲ੍ਹ? ਸਰਕਾਰਾਂ ਕਿਹੜੀ ਨੌਕਰੀ ਦਿੰਦੀਆਂ? ਪੜ੍ਹੇ ਲਿਖੇ ਮੁੰਡੇ ਨੌਜਵਾਨ ਫਿਰ ਬੇਰੁਜ਼ਗਾਰ ਹੋਈ ਫਿਰਦੇ ਨੇ। ਤੁਸੀਂ ਤਾਂ ਨਾ ਘਰੇ ਬੈਠੇ ਇਦਾਂ ਹੀ ਬੋਲੀ ਜਾਓਗੇ। ਮੈਨੂੰ ਪਤਾ, ਤਾਂ ਤੈਨੂੰ ਤਾਂ ਘਰੇ ਬੈਠੀ ਰਹਿੰਦੀ, ਮੈਂ ਬਾਹਰ ਅੰਦਰ ਫਿਰਦਾ ਰਹਿੰਦਾ ਆ। ਆ ਲੋਕਾਂ ਦੀਆਂ ਕੁੜੀਆਂ ਜਾਂਦੀਆਂ ਨੇ, ਉਹ ਭੇਜਦੇ ਨਹੀਂ ਹੈਗੇ, ਉਹਨਾਂ ਦੇ ਮਾਪਿਓ ਨਹੀਂ ਹੈਗੇ, ਉਹ ਵੀ ਤਾਂ ਪੜ੍ਹਦੀਆਂ ਨੇ। ਉਹਨਾਂ ਦੇ ਮਾਪ ਠੀਕ ਆ, ਮੈਂ ਦੇਖਦਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਪਤਾ ਕੀ ਕਰਦੇ ਨੇ ਉੱਥੇ ਚੌਂਕਾਂ 'ਚ ਖੜੀਆਂ ਹੁੰਦੇ ਮੁੰਡਿਆਂ ਨਾਲ? ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਜੀ, ਮੰਨ ਲੈਂਦੀ ਨੇ ਕਦੇ ਗੱਲ, ਕਦੇ ਤਾਂ ਮੰਨ ਲਿਆ ਕਰੋ। ਮੰਨ ਲਾ ਮੇਰੀ ਗੱਲ, ਚਾਹ ਚੂ ਬਣਾਉਂਦੇ ਜਾ ਕੇ, ਜਾ ਉੱਠ ਜਾ, ਕੋਈ ਲੋੜ ਦੀ ਪੜ੍ਹਾਈ ਪੜੂਈ ਕਰਾਉਣ ਦੀ ਕਹਾਂ। ਉਹ ਵਿਚਾਰੀ ਰੋਂਦੀ ਫਿਰਦੀ ਹੈਗੀ, ਰੋਈ ਜਾਂਦੇ, ਜਾ ਤੂੰ ਨਾ ਮੰਨੀ, ਚੱਲ ਚਾਹ ਬਣਾ ਦੇ ਤੂੰ। ਕਹਿੰਦੀ ਅੱਗੇ ਪੜ੍ਹਾ ਦੋ। ਦੀਪੀ ਪੁੱਤ ਕਿੱਥੇ ਗਈ ਤੂੰ? ਡੈਡੀ ਮੈਂ ਮਾੜਾ ਜਿਹਾ ਸਹੇਲੀ ਕੋਲੇ ਗਈ ਸੀਗੀ, ਤੇ ਡੈਡੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਦੱਸ ਦੀਪੀ। ਮੈਨੂੰ ਪਤਾ ਮੰਮੀ ਨੇ ਤਾਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਹੋਣੀ, ਮੈਂ ਸੋਚਿਆ ਮੈਂ ਹੀ ਤੁਹਾਡੇ ਨਾਲ ਗੱਲ ਕਰ ਲਾਂ। ਜੇ ਤਾਂ ਪੜ੍ਹਾਈ ਲਿਖਾਈ ਦੀ ਗੱਲ ਕਰਨੀ ਆ, ਉਹ ਤਾਂ ਤੇਰੀ ਮਾਂ ਨੇ ਮੇਰੇ ਨਾਲ ਪਹਿਲਾਂ ਗੱਲ ਕਰ ਲਈ, ਪੁੱਤ ਕੋਈ ਲੋੜ ਨਹੀਂ ਅੱਗੇ ਪੜ੍ਹਨ ਦੀ। ਡੈਡੀ ਐਂ ਕਿਉਂ ਕਰਦੇ ਹੋ, ਸਾਰੀ ਕੁੜੀਆਂ ਪੜ੍ਹਨ ਲੱਗ ਗਈਆਂ। ਪੁੱਤ ਸਾਰੇ ਦਾ ਪਠੇਕਾ, ਤਾਂ ਮੇਰੀ ਸੁਣ ਗੱਲ,
ਬਾਰਵੀਂ ਤੂੰ ਕਰ ਲਈ ਪੁੱਤ, ਬਾਅਦ 'ਚ ਜਦੋਂ ਤੈਨੂੰ ਵਿਆਹ ਹੋ ਜੂਗਾ ਪੁੱਤ ਜਾ ਕੇ ਰੋਟੀ ਬਣਾਉਣੀ ਤਾਂ ਉੱਥੇ ਜਾ ਕੇ। ਹੋਰ ਦੱਸ ਕੀ ਕਰਾਂ, ਪੜ੍ਹ ਕੇ ਤੈਨੇ? ਡੈਡੀ ਮੇਰਾ ਵੀ ਸੁਪਨਾ ਹੈ ਮੈਂ ਪੜ੍ਹ ਕੇ ਸਰਕਾਰੀ ਨੌਕਰੀ ਲੱਗਾਂ। ਬਸ ਕਰ ਪੁੱਤ, ਬਥੇਰਾ ਪੜ੍ਹਦੀ ਹੁਣ ਤੂੰ, ਆ ਤੇਰੀ ਮਾਂ ਨੂੰ ਸਮਝਾ ਤਾ ਮੈਂ, ਆ ਗਈ ਸੁਣ ਲਾ ਗੱਲ ਭਾਵੇਂ। ਆ ਫੜੋ ਚਾਚੀ, ਜਦੋਂ ਜਵਾਖੜੀ ਇੰਨੀ ਮਿੰਨਤਾਂ ਕਰੀ ਜਾਂਦੀ ਹੈ ਮੰਨ ਜਾਓ ਤਾਂ ਤੁਸੀਂ, ਤੁਸੀਂ ਵੀ ਨਾ ਆਪਦੀ ਜਿੱਦ ਫੜੀ ਬੈਠੇ ਹੋ। ਪ੍ਰੀਤ ਮੈਂ ਤੈਨੂੰ ਸਮਝਾਇਆ ਨਾ ਵੀ ਇਹਨੂੰ ਰੋਕਣਾ ਤੂੰ ਕੀ ਆ, ਉਲਟਾ ਇਹਦੇ ਮਗਰ ਲੱਗ ਗਈ ਤੂੰ। ਉਹ ਗੱਲ ਸੁਣੋ ਮੇਰੀ, ਆਪਣੀ ਕੁੜੀ ਲੋਕਾਂ ਦੀ ਕੁੜੀਆਂ ਵਰਗੀ ਨਹੀਂ ਹੈਗੀ, ਤੁਹਾਨੂੰ ਪਤਾ ਨਹੀਂ ਹੈਗਾ ਆਪਦੀ ਧੀ ਦਾ? ਮੈਨੂੰ ਭਰੋਸਾ ਆਪਣੀ ਧੀ 'ਤੇ, ਮੇਰੀ ਧੀ ਬਹੁਤ ਸਿਆਣੀ ਆ, ਪਰ ਜਿਹੜੀ ਗੱਲੋਂ ਡਰਦਾ ਨਾ ਮੈਂ ਕਿਤੇ ਉਹ ਨਾ ਹੋ ਜੇ। ਜਦੋਂ ਭਰੋਸਾ ਫਿਰ ਡੋਲਦੇ ਕਿਉਂ ਜੀ? ਡੈਡੀ ਤੁਸੀਂ ਬੇਫਿਕਰ ਰਹੋ, ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀ। ਮੇਰਾ ਬਹੁਤ ਮਨ ਹੈ ਅੱਗੇ ਪੜ੍ਹਨ ਦਾ, ਮੈਨੂੰ ਕਾਲਜ ਲਾ ਦਿਓ ਇੱਕ ਵਾਰ। ਚੱਲ ਦੀਪੀ, ਜੇ ਤੂੰ ਇੰਨਾ ਕਹਿੰਦੀ ਪਤਾ, ਪੜ੍ਹ ਲਾ, ਜੀ ਲਾ ਆਪਣੀ ਜ਼ਿੰਦਗੀ, ਠੀਕ ਆ? ਖੁਸ਼ ਹਾਂ ਹੁਣ ਤਾਂ? ਹਾਂਜੀ ਬਹੁਤ ਖੁਸ਼ ਹਾਂ। ਪਰ ਗੱਲ ਸੁਣਨਾ ਪੁੱਤ, ਆਪਣੇ ਪਿਓ ਦੀ ਇੱਜ਼ਤ ਬਾਰੇ ਦੇਖੀ, ਪਿੰਡ 'ਚ ਬਹੁਤ ਬਣੀ ਹੋਈ ਇੱਜ਼ਤ ਮੇਰੀ ਪੁੱਤ, ਕਿਤੇ ਖੇ ਨਾ ਕਰਾ ਦੀ ਮੇਰੀ। ਨਹੀਂ ਨਹੀਂ ਡੈਡੀ, ਤੁਸੀਂ ਐਵੇਂ ਦੀ ਗੱਲਾਂ ਕਿਉਂ ਕਰਦੇ ਹੋ? ਅੱਜ ਕੱਲ੍ਹ ਨਾ ਮਾਂ ਪਿਓ ਨਾ ਇਹੀ ਗੱਲੋਂ ਡਰ ਦੇਣ ਧੀਆਂ ਤੋਂ। ਧੀਆਂ ਜਨਮ ਲੈਣ ਤੋਂ ਪਹਿਲਾਂ ਹੀ ਢਿੱਡ 'ਚ ਮਾਰ ਦਿੰਦੇ ਨੇ ਵੀ ਉਹਨਾਂ ਦੀ ਪੱਗ ਨਾ ਰੋਲ ਦੇਣ ਕਿਤੇ, ਪਰ ਪੁੱਤ ਆਪਣੇ ਬਾਪੂ ਦੀ ਪੱਗ ਦਾ ਖਿਆਲ ਰੱਖੀ ਤੂੰ। ਡੈਡੀ ਤੁਸੀਂ ਬੇਫਿਕਰ ਰਹੋ, ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਾਂਗੀ ਜਿੱਦਣ ਨਾਲ ਤੁਹਾਡੀ ਪੱਗ ਦਾ ਦਾਗ ਲੱਗੇ। ਦੀਪੀ ਮੈਂ ਤੈਨੂੰ ਕਦੇ ਵੀ ਪੁੱਤ ਧੀ ਨਹੀਂ ਸਮਝਿਆ, ਆਪਣਾ ਪੁੱਤ ਮੰਨਿਆ ਮੈਂ ਤੈਨੂੰ, ਮੇਰਾ ਪੁੱਤ ਬਣ ਕੇ ਹੀ ਰਹੀ ਪੁੱਤ, ਠੀਕ ਆ? ਹਾਂਜੀ ਡੈਡੀ। ਚੱਲ ਠੀਕ ਆ, ਦੇਖੀ ਪੜ੍ਹ ਲਾ, ਹੱਥ ਬੰਨਦੇ ਆ ਤੇਰੇ ਮੂਹਰੇ, ਕਦੇ ਸਾਡੀ ਅੰਮੀ ਨੀਵੀਂ ਪਵਾ ਦੇ। ਮੰਮੀ ਇਹ ਕੰਮ ਨਾ ਕਰਿਆ ਕਰੋ, ਤੁਸੀਂ ਡੈਡੀ ਨੂੰ ਮਨਾ ਤਾ, ਬਹੁਤ ਵੱਡੀ ਗੱਲ ਹੈ। ਚੱਲ ਠੀਕ ਆ, ਕੁਛ ਖਾ ਪੀ ਲੈ। ਪ੍ਰੀਤਾ ਖਾ ਪਿਆ ਨੂੰ ਕੁਛ? ਸੱਜੇ ਯਾਰ ਤੈਨੂੰ ਕਿਹਾ ਸੀ, ਇੰਨੀ ਧੁੱਪ ਹੈ ਹੁਣ ਕੌਣ ਵਾਰੀ ਨਿਕਲਦਾ, ਆ ਕਾਲਜ 'ਚ ਕਾਂ ਪੈਂਦੇ ਆ ਤੇਰੇ ਸਾਹਮਣੇ, ਉਹ 10 ਦਿਨਾਂ 'ਚ ਉਹਨੇ ਝੂਨੇ ਤੋਂ ਵਿਹਲੇ ਹੋ ਕੇ ਫਿਰ ਆ ਜਾਂਦੇ ਕਾਲਜ। ਓਹੋ ਰਵੀ ਯਾਰ ਉਹੀ ਗੱਲਾਂ ਬਾਈ, ਮੇਰੀ ਗੱਲ ਸੁਣ, ਉਵੇਂ ਤਾਂ ਪਿੰਡ ਮੋੜ 'ਤੇ ਖੜ੍ਹ ਜਾਂਦਾ ਕਦੇ ਮੋਟਰ ਦੇ ਬਹਿਣ, ਕੋਈ ਕੰਮ ਹੁੰਦਾ ਆਪਾਂ ਨੂੰ, ਉਹ ਇੱਥੇ ਕੁਛ ਦੇਖ ਲਾਂਗੇ ਮਾੜਾ ਮੋਟਾ। ਦੇਖਣ ਨੂੰ ਹੈਗਾ ਦੱਸ ਕੀ ਆ ਇੱਥੇ, ਆਹ ਦੇਖ ਲੈ ਝਾੜੀਆਂ, ਇੱਧਰ ਆਹ ਤਾਰਾਂ ਦੇਖ ਲੈ। ਨਹੀਂ ਨਹੀਂ ਨਵੇਂ ਦਾਖਲੇ ਸ਼ੁਰੂ ਹੋ ਗਏ, ਨਵੇਂ ਬੱਚੇ ਆਉਣਗੇ, ਦੇਖ ਲਾਂਗੇ ਕਦਾ ਆਪਣੇ ਵਾਸਤੇ, ਤੈਨੂੰ ਤਾਂ ਪਤਾ ਹੀ ਹੈ ਕਿੱਥੇ ਸਰਦਾ ਮੇਰਾ। ਬਾਕੀ ਸਹੀ ਗੱਲ ਹੈ ਤੇਰੀ, ਜੁਗੇ ਹੀ ਆਉਂਦੇ ਆਉਂਦੇ ਜੇ ਸੈੱਟ ਹੋ ਜੇ ਨਹੀਂ ਉਦੋਂ ਬਾਅਦ ਤਾਂ ਬਹਾਨੀ ਲਾਉਣ ਲੱਗ ਜਾਂਦੀਆਂ ਨੇ, ਮੈਨੂੰ ਤਾਂ ਜੇ 10-15 ਪ੍ਰਪੋਜ਼ ਆ ਗਏ ਮੈਂ ਤਾਂ ਉਹਨਾਂ 'ਚੋਂ ਦੇਖੂੰਗੀ ਕਿਸੇ ਨੂੰ। ਸਹੀ ਹੈ ਬਾਈ, ਆਹ ਜਿਹੜੀ ਨਵੀਆਂ ਜੀ ਹੁੰਦੀਆਂ ਨੇ ਨਾ ਪਹਿਲੀ ਟਿਕਾ ਲਓ, ਬਾਅਦ 'ਚ ਤਾਂ ਕਿ ਆਪਣੇ ਹੱਥ ਨਹੀਂ ਆਉਂਦੇ ਬਾਈ ਇਹ, ਹੁਣ ਤੱਕ ਤਾਂ ਭਰਾਵਾ ਕੁਛ ਹੱਥ ਆਇਆ ਨਹੀਂ, ਇਸ ਤੋਂ ਬਾਅਦ ਤਾਂ ਕੀ ਆਉਣਾ। ਇੱਕ ਮਿੰਟ ਰਵੀ, ਰਵੀ ਲੱਗਦਾ ਨਹੀਂ ਐਡਮਿਸ਼ਨ ਹੈ, ਮੈਂ ਤੈਨੂੰ ਕਰਦਾ ਸਾਹਿਬ ਥੋੜ੍ਹੀ ਜਿਹੀ ਹੈਗੀ ਜਵਾਬ, ਤੂੰ ਖੜਤਾ ਜਾ, ਤੂੰ ਖੜ ਗੱਲ ਕਰਕੇ ਆਇਆ। ਇੱਕ ਮਿੰਟ ਰੁਕੋ ਜੀ, ਕਿਵੇਂ ਕੰਮ ਸੀ ਕੋਈ? ਹਾਂਜੀ ਮੇਰੀ ਨਿਊ ਐਡਮਿਸ਼ਨ ਹੈ, ਮੈਂ ਆਫਿਸ ਚੱਲੀ ਸੀਗੀ। ਕੋਈ ਗੱਲ ਨਹੀਂ ਜੀ, ਦੇਖੋ ਮੈਡਮ ਜੇ ਕੋਈ ਵੈਸੇ ਹੋਰ ਕੰਮ ਹੈ ਤਾਂ ਮੈਨੂੰ ਦੱਸ ਸਕਦੇ ਤੁਸੀਂ। ਨਹੀਂ ਕੋਈ ਗੱਲ ਨਹੀਂ, ਮੈਂ ਆਪੇ ਕਰਾ ਦਾਂਗੀ। ਡਰਦੇ ਕਾਹਤੋਂ ਤੁਸੀਂ, ਉਹ ਆਪਣੇ ਹੀ ਕਾਲਜ ਹੈ, ਤੁਸੀਂ ਮੇਰਾ ਨਾਮ ਕਿਸੇ ਮਰਜ਼ੀ ਨੂੰ ਪੁੱਛ ਲਓ, ਸੰਜੇ ਕਹਿੰਦੇ ਨੇ ਮੈਨੂੰ, ਉਹਦੇ ਕਾਲਜ ਚੱਲਦੀ ਹੈ ਆਪਣੀ। ਕੋਈ ਗੱਲ ਨਹੀਂ, ਜੇ ਕੋਈ ਹੈਲਪ ਦੀ ਲੋੜ ਹੈ ਮੈਂ ਦੱਸ ਦਾਂਗੀ, ਨਾਲੇ ਮੇਰੇ ਕੋਲ ਫਾਲਤੂ ਗੱਲਾਂ ਵਾਸਤੇ ਟਾਈਮ ਨਹੀਂ ਹੈਗਾ। ਜਾਓ ਜੀ, ਪਰ ਸਾਡੇ ਕੋਲ ਟਾਈਮ ਬਹੁਤ ਹੈ। ਆ ਗਈ ਦੀਪੀ ਪੁੱਤ? ਹਾਂਜੀ ਮੰਮੀ। ਪਹਿਲਾਂ ਮੈਨੂੰ ਐਂ ਦੱਸ, ਹੋ ਗਈ ਐਡਮਿਸ਼ਨ? ਹਾਂਜੀ ਮੰਮੀ ਹੋ ਹੀ ਗਈ ਹੈ, ਬਸ 1-2 ਦਿਨ ਤੱਕ ਨਾ ਕਲਾਸਾਂ ਸ਼ੁਰੂ ਹੋ ਜਾਣਗੀਆਂ। ਮੈਨੂੰ ਬੜੀ ਸੋਚ ਲੱਗੀ ਪਈ ਸੀ ਪੁੱਤ, ਐਂ ਦੱਸ ਤੂੰ ਕੁਛ ਖਾ ਪੀ ਲਿਆ ਸੀ ਜਾਂ ਇੱਦਾਂ ਹੀ ਆ ਗਈ?
ਖਾਣਾ ਕਿੱਥੋਂ ਹੈ? ਪੂਰੇ ਤੋਰੇ ਤਾਂ ਤੁਸੀਂ ਮੈਨੂੰ ਪੈਸੇ ਦਿੱਤੇ ਸੀਗੇ, ਮੇਰੇ ਕੋਲ ਪੈਸੇ ਹੀ ਨਹੀਂ ਬਚੇ। ਪੁੱਤ ਕਿੰਨੇ ਤਾਂ ਪੈਸੇ ਦਿੱਤੇ ਸੀ? ਮੰਮੀ ਐਡਮਿਸ਼ਨ ਵੀ ਤਾਂ ਕਰਾਉਣੀ ਸੀਗੀ। ਚੱਲ ਪੁੱਤ, ਹੁਣ ਮੈਨੂੰ ਕਿਹੜਾ ਪਤਾ ਸੀ ਵੀ ਐਡਮਿਸ਼ਨ 'ਤੇ ਕਿੰਨੇ ਕੁ ਲੱਗਦੇ ਆ? ਪੈਸੇ ਤਾਂ ਵਾਧੂ ਦਿੱਤੇ ਸੀ, ਮਹੱਲੇ ਵਿੱਚੋਂ ਚੱਲ ਖਾ ਪੀ ਲੈਂਗੀ ਤੂੰ ਸਭ। ਕਿੱਥੇ ਮੰਮੀ, ਪੈਸੇ ਤਾਂ ਬਚੇ ਹੀ ਨਹੀਂ, ਜੇ ਬਚੇ ਹੁੰਦੇ ਤਾਂ ਮੈਂ ਖਾ ਹੀ ਲੈਣਾ ਸੀਗਾ ਕੁਛ ਨਾ ਕੁਛ। ਚੱਲ ਕੋਈ ਗੱਲ ਨਹੀਂ ਪੁੱਤ, ਹੁਣ ਮੈਂ ਲਿਆਉਂਦੀ ਤੇਰੇ ਲਈ ਚਾਹ ਬਣਾ ਕੇ, ਨਾਲੇ ਰੋਟੀਆਂ ਬਣਾ ਕੇ ਗਰਮ ਗਰਮ, ਚੰਗਾ? ਮੰਮੀ ਵੈਸੇ ਡੈਡੀ ਦੀ ਗੱਲ ਸਹੀ ਹੋਈ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ, ਇਹ ਤਾਂ ਆਪਣੇ ਆਪ ਨੂੰ ਬਚ ਕੇ ਰਹਿਣਾ ਪਏਗਾ। ਚੱਲ ਪੁੱਤ, ਤੇਰਾ ਡੈਡੀ ਗੱਲ ਤਾਂ ਸਹੀ ਕਹਿੰਦਾ ਸੀ, ਪਰ ਧੀਏ ਤੂੰ ਖਿਆਲ ਰੱਖੀ, ਮਸਾ ਮਨਾਇਆ ਤੇਰਾ ਡੈਡੀ, ਇੱਕ ਮੌਕਾ ਮਿਲੇ ਤੈਨੂੰ, ਠੀਕ ਹੈ? ਮੰਮੀ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖੋ, ਮੈਂ ਐਵੇਂ ਦਾ ਕੋਈ ਵੀ ਕੰਮ ਨਹੀਂ ਕਰਾਂਗੀ। ਇਹ ਤਾਂ ਮੈਨੂੰ ਮਾਣ ਹੈ ਮੇਰੇ ਪੁੱਤ 'ਤੇ। ਚੱਲ ਚੰਗਾ ਪੁੱਤ, ਚੱਲ ਤੂੰ, ਮੈਂ ਲੈ ਕੇ ਆਉਂਦੀ ਹਾਂ ਚਾਹ। ਚਲੋ ਠੀਕ ਹੈ ਮੰਮੀ। ਆ ਗਈ ਤੁਸੀਂ? ਆਹੋ ਨਾ, ਟਾਈਮ ਇਹ ਆਉਣ ਦਾ ਹੁਣ। ਉਹ ਥੋੜ੍ਹਾ ਕੰਮ ਪੈ ਗਿਆ। ਦਿੱਪੀ ਕਿੱਥੇ ਆ? ਚੱਲੇ ਮੇਰਾ ਐਡਮਿਸ਼ਨ ਕਰਾ ਲੈਣਾ ਉਹਦੀ ਮੈਂ। ਕਰਵਾਇਆ ਹੀ ਉਹ ਤਾਂ ਐਡਮਿਸ਼ਨ ਕਦੋਂ ਦਾ, ਹੁਣ ਕਹਿੰਦਾ ਐਡਮਿਸ਼ਨ ਕਰਵਾ ਜਾਂਦੀ। ਕੱਲੀ ਚਲੀ ਗਈ ਉਹ? ਨਾ ਤੈਨੂੰ ਡੀਕ ਦੀ ਤਾਂ ਰਹੀ, ਤੁਸੀਂ ਤਾਂ ਆਈ ਨਹੀਂ ਹੈਗੀ ਖੇਤੀ ਜਾ ਕੇ। ਡੀਕ ਲੈਂਦੀ? ਮੈਨੂੰ ਕੋਈ ਹੋਰ ਵੀ ਬਥੇਰੇ ਕੰਮ ਨੇ ਖੇਤ। ਘੱਟੋ ਘੱਟੀ ਅੱਜ ਦੇ ਦਿਨ ਤਾਂ ਤੁਸੀਂ ਰਹਿ ਜਾਂਦੇ, ਜਵਾਗੜੀ ਦਾ ਐਡਮਿਸ਼ਨ ਕਰਾਉਣਾ ਸੀ। ਗੱਲਾਂ ਮਾਰਦੀ ਰਹਿੰਦੀ ਆ, ਪਤਾ ਉੱਥੇ ਮੇਰੇ ਸ਼ਿਵਰ ਨਾਲ ਲੜਾਈ ਹੋ ਗਈ ਸੀ ਮੇਰੀ। ਲੜਾਈ ਹੋ ਗਈ ਤੀ? ਕਿਉਂ, ਕੀ ਹੋ ਗਿਆ? ਆਹ ਸਾਰਿਆਂ ਨੇ ਬੱਟ ਕਰਦੇ ਕਰਦੇ ਅੱਧੀ ਜ਼ਮੀਨ ਦੱਬ ਲਈ, ਜਿਹੜੀ ਰਹਿ ਗਈ ਥੋੜ੍ਹੀ ਉਹ 'ਤੇ ਵੀ ਅੱਖ ਰੱਖੀ ਬੈਠੇ ਨੇ ਉਹ। ਹਾਏ ਰੱਬਾ, ਮੈਂ ਤਾਂ ਜਾ ਦਿੱਤਾ ਨਹੀਂ ਤੂੰ? ਨਹੀਂ, ਕੁਛ ਨਹੀਂ ਹੋਇਆ ਹਜੇ। ਅਤੇ ਮੈਂ ਤਾਂ ਇਹੀ ਟੈਨਸ਼ਨ ਲੈਂਦਾ ਕਿ ਨਾ ਵੀ ਜਿਹੜੀ ਜ਼ਮੀਨ ਰਹਿ ਗਈ ਉਹਦੇ 'ਤੇ ਮੈਂ ਆਪਣੀ ਕੁੜੀ ਦਾ ਵਿਆਹ ਕਰ ਦੂੰਗਾ। ਕੁੜੀ ਨੂੰ ਪੜ੍ਹਨ ਦਾ ਲਾ ਤਾ, ਹੁਣ ਮੇਰੀ ਸੁਣ ਲਾ ਗੱਲ, ਉਹਨੂੰ ਕਿ ਜੀ ਲਾ ਕੇ ਪੜ੍ਹੇ ਅਤੇ ਸਹੀ ਢੰਗ ਨਾਲ ਆਵ ਜਾਵੇ। ਤੁਸੀਂ ਕੀ ਕਰਨਾ? ਗੱਲਬਾਤ ਹੋ ਗਈ ਨਾ, ਮੇਰਾ ਤਾਂ ਮਰਨ ਹੋ ਜੂਗਾ। ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ ਜੀ? ਮੈਂ ਸਮਝਾ ਤਾ ਕੁੜੀ ਨੂੰ, ਤੁਹਾਡੇ ਕਹਿਣ 'ਤੇ ਮੈਂ ਇੱਕ ਵਾਰੀ ਹੋਰ ਸਮਝਾ ਦੂੰਗੀ। ਘਬਰਾਹਟ ਨਹੀਂ ਕਰਿਆ ਕਰਦੇ, ਇੱਕ ਜ਼ਮੀਨ ਵਾਲੇ ਨੇ ਅੱਡ ਟੈਨਸ਼ਨ ਪਾ ਤੀ ਮੈਨੂੰ ਨਾ, ਇੰਨਾ ਬਾਣ ਹੈ ਉਹਨਾਂ ਦਾ, ਉਹਨਾਂ ਦਾ ਨਹੀਂ ਭੋਬਾ ਭਰਦਾ। ਇਹੀ ਤਾਂ ਗੱਲ ਆ, ਇਹ ਲੋਕ ਵੀ ਨਾ ਝੁਕਦੇ ਪਾਲੜੀ ਦੁਨੀਆ ਹੈ, ਕੋਈ ਹੱਕ 'ਚ ਖੜਿਆ ਨਹੀਂ ਆਪਣੇ, ਕਿਸੇ ਨੇ ਕਿਹਾ ਨਹੀਂ ਕੁਛ। ਕੋਈ ਹੱਕ 'ਚ ਕਿਹਨੇ ਖੜਾ ਆਪਣੀ ਤਾਂ? ਅੱਜ ਕੱਲ੍ਹ ਕੋਈ ਨਹੀਂ ਕਿਸੇ ਦਾ ਹੈਗਾ, ਸਭ ਤਮਾਸ਼ੇ ਦੇਖਦੇ ਨੇ। ਪਰ ਪ੍ਰੀਤ, ਦੀਪੀ ਨੂੰ ਸਮਝਾ ਦੀ, ਦੇਖ ਗੱਲ ਸੁਣ, ਹੋਰ ਤਾਂ ਫਿਰ ਮੈਂ ਖੱਟਿਆ ਨਹੀਂ ਹੈਗਾ, ਇੱਜ਼ਤ ਖੱਟੀ ਆ, ਬਸ ਮੇਰੀ ਇੱਜ਼ਤ ਰਹਿ ਜਾਏ, ਠੀਕ ਆ? ਤੁਸੀਂ ਫਿਕਰ ਨਾ ਕਰੋ ਜੀ ਇਸ ਗੱਲ ਦੀ, ਇਹ ਜ਼ਿੰਮੇਦਾਰੀ ਮੇਰੀ ਹੋ ਗਈ। ਵੈਸੇ ਤਾਂ ਆਪਣੀ ਧੀ ਬਹੁਤ ਸਿਆਣੀ ਹੈ, ਮੈਨੂੰ ਬਹੁਤ ਮਾਣ ਹੈ ਆਪਦੀ ਜਵਾਕੜੀ 'ਤੇ, ਪਰ ਤੁਹਾਨੂੰ ਕਦੇ ਵੀ ਕੋਈ ਲਾਂਭਾ ਨਹੀਂ ਆਊਗਾ, ਮੈਂ ਜ਼ਿੰਮੇਦਾਰ ਹਾਂ ਇਸ ਗੱਲ ਦੀ। ਠੀਕ ਆ, ਕੋਈ ਨਾ, ਹੁਣ ਕਿੱਥੇ ਆ? ਹਾਂ, ਉਹ ਅੰਦਰ ਹੀ ਪੜ੍ਹਾਈ ਕਰਦੀ ਹੋਣੀ। ਅੱਛਾ ਅੱਛਾ, ਦੇਖਦੀ ਆ ਕਿਤਾਬਾਂ ਕਤੂਬਾਂ ਨਹੀਂ, ਮੈਂ ਲਿਆਉਂਦੀ ਹਾਂ ਪਾਣੀ ਸੁਣ। ਚਲ ਪਤਾ ਲੈ ਜਾ, ਕੋਈ ਨਾ ਮੈਂ ਕੱਟਦੀ ਆ ਕੇ। ਅੱਛਾ ਦੀਪੀ, ਆ ਜਾ ਪੁੱਤ, ਰੋਟੀਆਂ ਬਣ ਗਈਆਂ। ਮੰਮੀ ਟਿਫਨ ਪੈਕ ਕਰ ਦਿਓ। ਕਿਉਂ, ਇੱਥੇ ਨਹੀਂ ਖਾ ਕੇ ਜਾਂਦੀ? ਨਹੀਂ ਨਹੀਂ, ਮੈਂ ਨਾਲ ਹੀ ਲੈ ਜਾਵਾਂਗੀ। ਪੁੱਤ ਗੱਲ ਸੁਣ ਮੇਰੀ, ਜੇ 10 ਮਿੰਟ ਪਹਿਲਾਂ ਉੱਠ ਖੜਿਆ ਕਰੇ, ਆਰਾਮ ਨਾਲ ਨਾ ਸਾਰਾ ਕੰਮ ਕਰ ਲੈ। ਮੰਮੀ ਮੈਂ ਤਿਆਰ ਹੋਈ ਜਾਂਦੀ ਸੀਗੀ। ਤਿਆਰ ਹੋਈ ਜਾਂਦੀ ਸੀ, ਫਿਰ ਕਦੋਂ ਵੀ ਮੇਰੀ ਬੱਸ ਲੰਘ ਗਈ? ਉਹ ਬੱਸ ਨੂੰ ਤਾਂ ਹਲੇ 5 ਮਿੰਟ ਪਏ ਨੇ, ਇਹਨਾਂ ਨੂੰ ਮੈਂ ਫਟਾਫਟ ਲੰਘ ਜਾਵਾਂਗੀ। ਚੱਲ ਕੋਈ ਗੱਲ ਨਹੀਂ, ਰੋਟੀ ਤਾਂ ਬਣੀ ਪਈ ਹੈ, ਅਤੇ ਇੱਕ ਗੱਲ ਸੁਣ ਪੁੱਤ ਮੇਰੀ, ਮੈਂ ਕਰੂੰਗਾ। ਮੰਮੀ ਆ ਕੀ ਕਰਨ ਲੱਗੇ ਹੋ? ਹਾਂ, ਤੇਰੇ ਪਿਓ ਦੀ ਪੱਗ ਦਾ ਲੜ ਹੈ, ਠੀਕ ਹੈ? ਗੱਲ ਸੁਣ ਪੁੱਤ ਮੇਰੀ, ਕਦੇ ਵੀ ਕੋਈ ਤੇਰਾ ਮਨ ਡੋਲੇ ਜਾਂ ਐਸੀ ਵੈਸੀ ਗੱਲ ਹੋਵੇ, ਇਹਨੂੰ ਖੋਲ੍ਹ ਕੇ ਨਾ ਜ਼ਰੂਰ ਦੇਖ ਲਿਆ ਕਰੀ ਇੱਕ ਵਾਰ, ਠੀਕ ਹੈ? ਮੇਰੀ ਧੀ ਬਣ ਕੇ ਦੇਖ ਪੁੱਤ, ਰੱਬ ਨੇ ਪੁੱਤ ਤਾਂ ਮੇਰੇ ਤੋਂ ਮੇਰਾ ਖੋ ਲਿਆ, ਹੁਣ ਤੂੰ ਹੀ ਮੇਰੀ ਧੀ ਹੈ ਅਤੇ ਤੂੰ ਹੀ ਪੁੱਤ ਹੈ। ਜੇ ਕਿਤੇ ਅੱਜ ਤੇਰਾ ਭਰਾ ਹੁੰਦਾ ਤਾਂ ਅੱਧੀ ਟੈਨਸ਼ਨ ਘੱਟ ਜਾਣੀ ਸੀ, ਤੁਸੀਂ ਦੋਨੇ ਭੈਣ ਭਰਾ ਇਕੱਠੇ ਜਾਂਦੇ ਅਤੇ ਇਕੱਠੇ ਆਉਂਦੇ। ਮੰਮੀ ਮੈਂ ਵੀ ਤਾਂ ਤੁਹਾਡਾ ਪੁੱਤ ਹੀ ਹਾਂ, ਤੁਸੀਂ ਐਵੇਂ ਹੀ ਟੈਨਸ਼ਨ ਲੈਂਦੇ ਰਹਿੰਦੇ ਹੋ, ਬੇਫਿਕਰ ਰਿਹਾ ਕਰੋ ਤੁਸੀਂ। ਪੁੱਤ
ਜਦੋਂ 30 ਜਵਾਨ ਹੋ ਜਾਂਦੀ ਹੈ ਨਾ ਤਾਂ ਮਾਂ ਪਿਓ ਨੂੰ ਫਿਕਰ ਤਾਂ ਹੁੰਦਾ ਹੀ ਹੈ। ਕੋਈ ਵੀ ਲਾਂਭਾ ਨਾ ਲੈ ਕੇ ਆ ਜੀ ਪੁੱਤ, ਕਦੇ ਵੀ ਕਿਸੇ ਵੀ ਪ੍ਰਕਾਰ ਦਾ। ਤੇਰੇ ਪਿਓ ਦੀ ਪੱਗ ਨੂੰ ਜ਼ਰੂਰ ਦੇਖ ਲਈ। ਓਹੋ ਚੰਗਾ ਮੰਮੀ, ਹੁਣ ਮੈਨੂੰ ਜਾਣ ਦਿਓ, ਮੈਂ ਲੇਟ ਹੋ ਜਾਣਾ, ਨਾਲੇ ਮੈਨੂੰ ਪਤਾ ਚੰਗਾ ਮਾੜਾ ਕੀ ਹੁੰਦਾ। ਚੱਲ ਚੰਗਾ ਪੁੱਤ, ਜੇ ਤੈਨੂੰ ਇੰਨੀ ਸਮਝ ਹੈਗੀ ਹੈ, ਚੱਲ ਮੈਂ ਟੀਫਨ ਤਿਆਰ ਕਰਦੀ ਹਾਂ, ਠੀਕ ਹੈ? ਚਲੋ ਠੀਕ ਹੈ, ਮੈਂ ਤਿਆਰ ਹੋ ਰਹੀ ਹਾਂ ਮਾੜਾ ਜਾ, ਤੁਸੀਂ ਮੈਨੂੰ ਟਿਫਨ ਬਾਹਰ ਹੀ ਦੇ ਦਿਓ। ਓਕੇ ਪੁੱਤ, ਜਾ ਜਲਦੀ। ਕਿਉਂ ਰਾਂਝਾ, ਬਣਿਆ ਫਿਰ ਕੱਲ੍ਹ ਨਾ ਕੁਛ? ਕੱਲ੍ਹ ਤਾਂ ਨਹੀਂ ਕੁਛ ਬਣਿਆ ਬਾਈ, ਕੱਲ੍ਹ ਤਾਂ ਇਗਨੋਰ ਜਿਹਾ ਕਰਕੇ ਵੱਗ ਗਈ। ਅੱਛਾ, ਕੋਈ ਨਹੀਂ, ਅੱਜ ਦੇਖ ਫਿਰ। ਤੈਨੂੰ ਪਤਾ ਕੀ ਹੈ, ਉਹ ਆਉਂਦੀ ਹੈ ਪਰ ਮਾੜਾ ਜਿਹਾ ਪਿਆਰ ਨਾਲ ਚੱਲੀ। ਪਿਆਰ ਨਾਲ ਤਾਂ ਚੱਲਣਾ ਹੀ ਹੈ, ਬਾਕੀ ਅੱਜ ਹਾਂ ਕਰਾਈ ਦੇਣੀ ਆ ਬਾਈ ਇਹ ਤੋਂ। ਹੋ ਐਡਾ ਤੱਤਾ ਨਹੀਂ ਲੱਗੀ ਦਾ ਹੁੰਦਾ, ਕੋਈ ਨਾ ਹੌਲੀ ਹੌਲੀ ਹਾਂ ਕਰ ਦੂੰ, ਪਹਿਲਾਂ ਮਾੜਾ ਜਿਹਾ ਪਿਆਰ ਜੀ ਨਾਲ ਚੱਲਦਾ। ਇੰਨਾ ਪਿਆਰ ਨਾਲ ਨਹੀਂ ਚੱਲਦਾ ਹੁੰਦਾ ਮੈਂ, ਤੂੰ ਦੇਖ ਫਿਰ ਕੀ ਬਣਦਾ। ਹਾਂਜੀ, ਛੱਡ ਮੇਰਾ। ਕਿਵੇਂ ਮੈਡਮ, ਮੈਂ ਸੋਚਿਆ ਕੱਲ੍ਹ ਦਾ ਚੱਲ ਨਹੀਂ ਕੋਈ ਗੱਲ ਹੋਈ, ਅੱਜ ਕਰ ਲੈਂਦੇ ਹਾਂ। ਹੱਥ ਛੱਡ ਮੇਰਾ, ਤੂੰ ਹੁਣ ਨਾ ਕੋਣਾ ਮੇਰਾ ਹੱਥ ਫੜਨ ਵਾਲਾ। ਹਾਲ ਤੱਕ ਤਾਂ ਕੁਛ ਨਹੀਂ ਜੀ, ਜੇ ਤੁਸੀਂ ਚਾਹੋ ਤਾਂ ਬਹੁਤ ਕੁਛ ਬਣ ਸਕਦਾ। ਕੀ ਬਦਤਮੀਜੀ ਹੈ, ਤੇ ਚਾਹਣਾ ਕੀ ਹੈ? ਚਾਹੁੰਦਾ ਤਾਂ ਮੈਂ ਹੀ ਹਾਂ ਜੀ, ਤੁਸੀਂ ਹਾਂ ਕਰੋ ਅਤੇ ਜ਼ਿੰਦਗੀ 'ਚ ਅੱਗੇ ਵਧੀਆ ਥੋੜ੍ਹਾ ਜਿਹਾ। ਤੂੰ ਲੱਗਦਾ ਹੀ ਕੀ ਹੈ, ਜਿਹੜਾ ਮੈਂ ਤੈਨੂੰ ਹਾਂ ਕਰਾਂ, ਹਾਲੇ ਕੱਲ੍ਹ ਤਾਂ ਮਿਲਿਆ, ਨਾ ਜਾਣ ਨਾ ਪਹਿਚਾਣ। ਆਇਆ ਵੱਡਾ, ਮੇਰੇ ਨਾਲ ਗੱਲ ਕਰ ਲੈ। ਜਾਣ ਪਹਿਚਾਣ ਤਾਂ ਹੋਜੂਗੀ ਮੈਡਮ, ਨਾਲੇ ਵੈਸੇ ਵੀ ਜੋ ਤੁਸੀਂ ਸਮਝਦੇ ਹੋ ਨਾ, ਮੈਂ ਇਹੋ ਜਿਹਾ ਮੁੰਡਾ ਨਹੀਂ ਹੈਗਾ, ਮੇਰਾ ਡੈਡੀ ਬੈਂਕ ਮੈਨੇਜਰ ਲੱਗਿਆ ਹੋਇਆ। ਜੇ ਚਾਹੋ ਤਾਂ ਆਪਾਂ ਰਿਸ਼ਤੇ ਦੀ ਗੱਲ ਕਰ ਸਕਦੇ ਹਾਂ। ਮੇਰੇ ਰਾਸਤੇ 'ਚ ਨਾ ਖੜ ਜੀ, ਨਾਲੇ ਮੈਂ ਐਵੇਂ ਦੀ ਨਹੀਂ ਹੈਗੀ ਜਿਹੋ ਜਿਹੀ ਤੂੰ ਮੈਨੂੰ ਸਮਝ ਰਿਹਾ। ਸਾਲਾ ਐਨਕਾਂ ਦਾ ਮੁੱਲ ਤਾਂ ਪਾ ਆਉਂਦਾ, ਉਮਰ ਕੁੜੀ ਜਿੰਨੀ ਘੈਂਟ ਹੈ ਨਾ, ਚਾਟਾ ਉਦੋਂ ਵੀ ਘੈਂਟ ਮਾਰਿਆ ਉਹਨੇ। ਬਾਈ ਤੂੰ ਮਜ਼ਾਕ ਉਡਾ ਰਿਹਾ ਮੇਰਾ? ਮਜ਼ਾਕ ਨਹੀਂ ਸੰਜੇ, ਤੈਨੂੰ ਕਿੰਨੇ ਵਾਰੀ ਕਿਹਾ ਮਾੜਾ ਜਿਹਾ ਪਿਆਰ ਨਾਲ ਚੱਲਦਾ ਹੁੰਦਾ, ਨੰਦਾ ਤੂੰ ਅੱਗੇ ਵੀ ਚੱਲਦਾ ਜਾਵਾਂ। ਚੱਲ ਕੋਈ ਨਾ, ਚੰਗੇ ਨਹੀਂ ਕੀਤੇ ਇਹਨੇ ਥੱਪੜ ਮਾਰ ਕੇ। ਉਹ ਤਾਂ ਪਤਾ ਹੀ ਹੈ, ਹੁਣ ਥੱਪੜ ਮਾਰਨਾ ਚੰਗੀ ਗੱਲ ਥੋੜ੍ਹੀ ਹੁੰਦੀ ਹੈ, ਮਾੜੀ ਉਹ ਕੀਤੀ ਹੈ, ਪਰ ਕੋਈ ਨਾ, ਟੈਨਸ਼ਨ ਨਾ ਲੈ ਤੂੰ, ਮੌਕਾ ਆਉਣ ਦੇ, ਬਦਲਾ ਉਹਦੇ ਜ਼ਰੂਰ ਲਵਾਂਗੇ। ਹੁਣ ਤਾਂ ਚੁੱਪ ਕਰਨ ਦਾ ਵੇਲਾ ਹੀ ਹੈ, ਨਾਲੇ ਕਿਸ ਨੇ ਦੇਖ ਲਿਆ ਨਾ, ਵੱਧ ਬੇਇੱਜ਼ਤੀ ਹੋਈ। ਆ ਚੱਲੀਏ। ਨਾਜਰ ਸਿੰਘ ਜੀ, ਆ ਜਾਓ ਭਾਈ, ਆ ਜਾਓ, ਲੰਘਿਆ ਕਿਹੜਾ ਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਬਹਿ ਜਾਓ। ਬਾਜੀ ਬੈਠੇ। ਬਾਈ ਜੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਜੀ, ਕੌਣ ਹੋ? ਬੈਂਕ ਵੱਲੋਂ ਆਇਆ ਜੀ ਮੈਂ। ਬੈਂਕ ਵੱਲੋਂ? ਹਾਂਜੀ, ਤੁਹਾਡੇ ਸਰ ਕੋਈ ਕਰਜ਼ਾ ਖੜਾ ਬੈਂਕ ਦਾ, ਤੁਸੀਂ ਹਾਲੇ ਤੱਕ ਕਲੀਅਰ ਨਹੀਂ ਕੀਤਾ ਉਹ ਕਰਜ਼ਾ। ਬਾਈ ਮੈਂ ਤਾਂ ਕੋਈ ਕਰਜ਼ਾ ਲਿੱਤਾ ਹੀ ਨਹੀਂ ਹੈਗਾ ਯਾਰ। ਨਹੀਂ ਨਹੀਂ ਜੀ, ਐਵੇਂ ਥੋੜ੍ਹੀ ਬੈਂਕ ਨੇ ਸਾਡੀ ਡਿਊਟੀ ਲਾਈ ਹੈ, ਰੁਪਈਆ 8-9 ਲੱਖ ਹੈ ਜੀ ਬੈਂਕ ਦਾ ਦੇਣਾ ਜਿਹੜਾ ਤੁਸੀਂ। ਨਾ ਨਾ ਭਾਈ, ਗਲਤੀ ਫਿਰ ਮੈਂ ਹੋਈ ਆ, ਕੋਈ ਹੋਰ ਨਾਜਰ ਨੁਜਰ ਹੋਣਾ। ਕਮਾਲ ਦੀ ਗੱਲ ਹੈ ਜੀ, ਤੁਹਾਡਾ ਐਡਰੈਸ ਪੁੱਛ ਕੇ ਆਇਆ ਮੈਂ। ਉਹ ਭਾਈ ਮੈਂ ਲਿੱਤਾ ਤਾਂ ਸੀਗਾ, ਦੇਖੀ ਭਾਈ ਟਰੈਕਟਰ ਤੋਂ 4-5 ਸਾਲ ਪਹਿਲਾਂ, ਹੈਂ, ਮੈਂ ਸਾਰਾ ਕਰਜ਼ਾ ਲਾਤਾ ਸੀਗਾ, ਬਾਕੀ ਜਿਹੜਾ ਰਹਿ ਗਿਆ ਸੀ ਕਰਜ਼ਾ ਭਾਈ ਮੈਥੋਂ ਉਤਾਰੇ ਨਹੀਂ ਗਿਆ ਹੈਗਾ, ਫਿਰ ਮੈਂ ਟਰੈਕਟਰ ਹੀ ਵੇਚਤਾ, ਉਹ ਵੇਚਣ ਤੋਂ ਬਾਅਦ ਮੈਂ ਸਾਰੇ ਪੈਸੇ ਕਲੀਅਰ ਕਰਿਆ ਸੀ ਭਾਈ। ਦੇਖੋ ਜੀ, ਇੱਥੇ ਬੈਠ ਕੇ ਗੱਲਾਂ ਨਾਲ ਤਾਂ ਨਹੀਂ ਕਰਜ਼ਾ ਕਲੀਅਰ ਹੋਣਾ, ਪੈਸੇ ਜੇ ਬੈਂਕ ਦੇ ਦੇਣੇ ਨੇ ਤਾਂ ਹੀ ਮੈਨੂੰ ਭੇਜੇ, ਤੁਹਾਡੀਆਂ ਕਿਸ਼ਤਾਂ ਕੋਈ ਟੁੱਟੀਆਂ ਹੋਣੀਆਂ, ਉਹਦੇ ਕਰਕੇ ਵਿਆਜ 'ਤੇ ਵਿਆਜ ਲੱਗ ਕੇ ਰੁਪਈਆ 9.5 ਲੱਖ ਬਣਿਆ ਪਿਆ।
ਗੱਲ ਸੁਣੋ ਜੀ ਮੇਰੀ, ਕਈ ਵਾਰੀ ਸਾਨੂੰ ਧੋਖਾ ਲੱਗ ਗਿਆ ਹੋਣਾ। ਸਾਨੂੰ ਧੋਖਾ ਲੱਗਿਆ ਜਾਂ ਸੋਨੂੰ ਲੱਗਿਆ ਜੀ, ਇਹ ਤਾਂ ਤੁਹਾਨੂੰ ਕਲੀਅਰ ਹੋ ਜੂਗਾ। ਬਸ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਤੁਹਾਨੂੰ, ਇੱਕ ਵਾਰਨਿੰਗ ਹੈ ਬੈਂਕ ਵੱਲੋਂ, ਜਾਂ ਤਾਂ ਆਪਦਾ ਪੈਸਾ ਭਰ ਦਿਓ ਬੈਂਕ ਦਾ, ਨਹੀਂ ਫਿਰ ਬੈਂਕ ਆਪਦੀ ਕਾਰਵਾਈ ਕਰੂਗਾ ਜੀ। ਉਹ ਭਾਅ ਜੀ ਮੈਂ ਤਾਂ ਸਾਰੇ ਦੇ ਆਇਆ ਸੀ ਭਾਅ ਜੀ। ਦੇਖੋ ਜੀ, ਮੈਨੂੰ ਜਵਾਬ ਦੇਣ ਨਾਲ ਕੁਛ ਨਹੀਂ ਬਣਨਾ, ਇਹ ਜਵਾਬ ਬੈਂਕ ਮੰਗੋ ਤੁਹਾਡੇ ਤੋਂ, ਲਿਖਤੀ ਰੂਪ 'ਚ ਸਾਰਾ ਕੰਮ ਹੋਊਗਾ। ਪ੍ਰੀਤਾ ਆਹ ਕੀ ਕਿਹਾ ਭਾਅ ਜੀ? ਭਾਅ ਮੈਂ ਤਾਂ ਉਹੀ ਮਰ ਜੂੰਗਾ, ਮੈਂ ਸਾਰੇ ਪੈਸੇ ਲਾ ਤੇ ਸੀਗੇ। ਹੁਣ ਇੰਨਾ ਪੈਸਾ ਆਪਾਂ ਕਿੱਥੋਂ ਭਰਾਂਗੇ ਜੀ? ਨਾਲੇ ਤੁਸੀਂ ਆ ਕੇ ਦੱਸਿਆ ਸੀ, ਕਹਿੰਦਾ ਸਾਰਾ ਸਾਹਿਬ ਕਲੀਅਰ ਹੋ ਗਿਆ। ਮੈਂ ਤਾਂ ਸਾਰਾ ਕੁਝ ਤਾਰ ਆਇਆ ਸੀਗੇ, ਜਿੰਨੇ ਰਹਿ ਗਏ ਸੀਗੇ ਟਰੈਕਟਰ ਵੇਚ ਕੇ ਸਾਰਾ ਕੁਝ ਕਰਿਆ ਸੀ ਕਲੀਅਰ, ਪਰ ਇੰਨੇ ਪੈਸੇ ਮੈਂ ਕਿੱਥੋਂ ਦਊਂਗਾ? ਤੁਸੀਂ ਇੱਕ ਵਾਰੀ ਜਾ ਕੇ ਨਾ ਪਤਾ ਕਰ ਲਿਓ ਉੱਥੇ। ਆਹੋ ਕਰਦਾ ਮੈਂ ਪਤਾ। ਮੰਮੀ ਆਹ ਕਿਹੜਾ ਲਾਉਣ ਕਹਿ ਰਹੇ ਆ? ਪੁੱਤ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਹੈਗੀ, ਆਹ ਤੇਰਾ ਬਾਪ ਤਾਂ ਪਹਿਲੀ ਮਾੜੀ ਮਾੜੀ ਗੱਲ ਦੀ ਇੰਨੀ ਟੈਨਸ਼ਨ ਲਈ ਜਾਂਦਾ, ਜੇ ਕਿਤੇ ਇਹ ਬੈਂਕ ਵਾਲਿਆਂ ਦੀ ਗੱਲ ਸੱਚੀ ਨਿਕਲੀ ਸੱਚੀ ਤੇਰੇ ਪਿਓ ਦਾ ਤਾਂ ਮਰਨਾ ਹੋ ਜੂਗਾ। ਕਿੱਥੋਂ ਲਾਹਾਂਗੇ ਇੰਨਾ ਕਰਜ਼ਾ? ਮੈਨੂੰ ਤਾਂ ਆਪ ਸੋਚ ਲੱਗੀ ਪਈ ਹੈ। ਆਹ ਗੱਲ ਸੁਣੋ ਜੀ ਮੇਰੀ। ਹਾਂ ਪ੍ਰੀਤਾ। ਕਿੱਥੇ ਵੱਗ ਗਏ ਸੀ ਤੁਸੀਂ? ਮੈਨੂੰ ਫਿਕਰ ਹੋਈ ਪਈ ਤੀ। ਉਹ ਮੈਂ ਤਾਂ ਵੀਰੇ ਲਵੇ ਗਿਆ ਸੀਗਾ। ਅੱਛਾ ਕੀ ਕਹਿੰਦੇ? ਉਹ ਵੀ ਸਾਲਾ ਕਹਿੰਦਾ ਵੀ ਬੈਂਕ ਵਾਲੇ ਤਾਂ ਤੇਰਾ ਮਕਾਨ ਦੱਬਣਗੇ ਨਾ ਜ਼ਮੀਨ ਦੱਬਣਗੇ, ਪਰ ਐਂ ਕਿਵੇਂ ਦੱਬਣਗੇ? ਦੇਖਦਾ ਮੈਂ ਨਹੀਂ ਬੈਂਕ ਬੁੱਕ ਜਾਂਦਾ, ਆ ਦਿਨ 'ਤੇ ਕਿਹੜਾ ਹੁੰਦਾ ਹੈ, ਦੇਖੀ ਜਾਊਗੀ। ਕੋਈ ਗੱਲ ਨਹੀਂ ਜੀ, ਤੁਸੀਂ ਫਿਕਰ ਨਾ ਕਰੋ, ਆਪਾਂ ਕਿਹੜਾ ਕਿਸੇ ਦਾ ਮਾੜਾ ਕੀਤਾ, ਵਾਹਿਗੁਰੂ ਆਪੀ ਭਲੀ ਕਰੂਗਾ। ਪਾਣੀ ਪਾਣੀ ਪੀ ਲਓ, ਮੈਂ ਪਾਣੀ ਲੈ ਕੇ ਆਉਂਦੀ ਹਾਂ। ਨਾ ਮੈਨੂੰ ਕੁਛ ਨਹੀਂ ਚਾਹੀਦਾ, ਬਸ ਮੈਂ ਕੱਲੇ ਨੂੰ ਛੱਡ ਦੇ। ਤੁਸੀਂ ਇੱਥੇ ਬੈਠੇ ਕੀ ਸੋਚੀ ਜਾਂਦੇ ਹੋ ਜੀ? ਨਾ ਸਾਨੂੰ ਭੁੱਖ ਨਹੀਂ ਲੱਗੀ ਹੈਗੀ, ਖਾਣੀ ਨਹੀਂ ਹੈਗੀ ਰੋਟੀ। ਓਏ ਪ੍ਰੀਤ, ਤੂੰ ਰੋਟੀ ਦੀਆਂ ਗੱਲਾਂ ਕਰਦੀ ਆ, ਇੱਥੇ ਮੇਰੇ ਤਾਂ ਪਾਣੀ ਦੀ ਘੁੱਟੀ ਲੰਘਦੀ ਅੰਦਰ। ਗੱਲ ਸੁਣੋ ਜੀ ਮੇਰੀ, ਹੁਣ ਫਿਰ ਰੋਟੀ ਪਾਣੀ ਤਾਂ ਖਾਣਾ ਹੀ ਹੈ ਨਾ, ਜੇ ਰੋਟੀ ਨਹੀਂ ਖਾਓਗੇ ਫਿਰ ਖੜੇ ਕਿਵੇਂ ਹੋਵੋਗੇ ਭਲਾ? ਉਹ ਰੋਟੀ ਪਾਣੀ ਖਾ ਕੇ ਕਰੂੰਗਾ ਕੀ, ਜੇ ਬੈਂਕਾਂ ਦੀ ਗੱਲ ਸੱਚੀ ਹੋਈ, ਉਹਨਾਂ ਨੇ ਮੇਰੀ ਜ਼ਮੀਨ ਹੜੱਪ ਲਈ, ਕੀ ਬਣੂੰਗਾ? ਮੈਂ ਆਪਣੀ ਦੀਪੀ ਦਾ ਵਿਆਹ ਕਿਵੇਂ ਕਰੂੰਗਾ? ਮੈਂ ਤਾਂ ਚੂੰਦੇ ਜੀ ਮਰ ਜੂੰਗਾ, ਮੇਰਾ ਤਾਂ ਇਹ ਜੀ ਕਰਦਾ ਵੀ ਫਾਹਾ ਲੈ ਕੇ ਮਰ ਜਾ ਮੈਂ। ਹਾਏ ਹਾਏ, ਆਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਉਹ ਕਰਾਂ ਦੀ ਫਿਰ ਕੀ ਕਰਾਂ, ਦੱਸ ਆਪ ਹੀ ਦੱਸ ਤੂੰ। ਤੂੰ ਸਾਡੇ ਵੱਲ ਤਾਂ ਵੇਖ ਲੈ, ਜੇ ਤੁਹਾਨੂੰ ਕੁਛ ਹੋ ਗਿਆ ਫਿਰ ਸਾਡਾ ਕੀ ਬਣੂਗਾ ਭਲਾ? ਓਏ ਪ੍ਰੀਤ, ਤੁਹਾਡੇ ਕਰਕੇ ਤਾਂ ਜਿਉਂਦਾ ਬੈਠਾ, ਇਹ ਹੁਣ ਤੱਕ ਕਦੋਂ ਦਾ ਫਾਹਾ ਲੈ ਲੈਂਦਾ ਮੈਂ, ਦੀਪੀ ਬਾਰੇ ਸੋਚਦਾ ਹੈ, ਦੀਪੀ ਦਾ ਕੀ ਮਤਲਬ ਮੇਰੀ ਧੀ ਦਾ? ਤੁਸੀਂ ਐਂ ਕਰੋ ਜੀ, ਮੇਰੀ ਗੱਲ ਮੰਨੋ, ਤੁਸੀਂ ਇੱਕ ਵਾਰੀ ਜਾ ਕੇ ਨਾ ਬੈਂਕ 'ਚ ਪਤਾ ਕਰਿਓ ਵੀ ਇਹ ਚੱਕਰ ਕੀ ਹੈ। ਉਹ ਬੈਂਕ ਵਾਲੇ ਕੀ ਤੁਸੀਂ ਇੰਨਾ ਗਲਤ ਕਾਗਜ਼ਾਂ ਦੀ ਸੈਰ ਸੁਣ ਕਰਾ ਲਓ ਮੈਥੋਂ? ਮੇਰੀ ਗੱਲ ਸੁਣੋ, ਆਪਣਾ ਮੰਗੂ ਮੈਂਬਰ ਨਹੀਂ ਹੈ, ਤੁਸੀਂ ਉਹਨੂੰ ਨਾਲ ਲੈ ਜਾਓ, ਜਦੋਂ ਆਪਾਂ ਨੇ ਲੋਨ ਲਿਆ ਸੀ ਉਦੋਂ ਵੀ ਉਹ ਵਿੱਚ ਗਵਾਹ ਸੀ ਨਾ, ਤੁਸੀਂ ਉਹਨੂੰ ਉੱਥੇ ਲੈ ਕੇ ਜਾਓ। ਆਹੋ ਗੱਲ ਤਾਂ ਤੇਰੀ ਸਿਆਣੀ ਆ, ਉਹ ਚਾਰ ਜਮਾਤਾਂ ਆਪਣੇ ਲਿਖਿਆ ਵੀ ਆ, ਮੈਂ ਉਹਨੂੰ ਲੈ ਕੇ ਜਾਣਾ ਨਾਲ, ਦੇਖਦਾ ਕੀ ਨਿਕਲਦਾ ਕੀ ਨਹੀਂ। ਹੈ ਐਂ ਉਰੇ ਹੱਥ 'ਤੇ ਹੱਥ ਧਰ ਕੇ ਬੈਠਣ ਨਾਲ ਤਾਂ ਕੋਈ ਮਸਲਾ ਹੱਲ ਹੋਣਾ ਨਹੀਂ ਨਾ, ਜੇ ਉੱਥੇ ਜਾਊਂਗੇ ਉਹਨਾਂ ਦੇ ਮੂੰਹ ਮੱਥੇ ਲੱਗੋਗੇ, ਤੈਨੂੰ ਕੋਈ ਮੂੰਹ 'ਚ ਤਾਂ ਪਾਣ ਨਹੀਂ ਲੱਗ ਰਿਹਾ ਹੈਗਾ, ਨਾਲ ਤੇਰੇ ਮੈਂਬਰ ਹੋਊਗਾ। ਗੱਲ ਤਾਂ ਸਹੀ ਕਹਿੰਦੀ ਆ, ਚੱਲ ਮੈਂ ਜਾਂਦਾ ਫਿਰ। ਹੈਂ ਰੋਟੀ ਆ ਕੇ ਕਿਉਂ ਖਾਊਂਗਾ? ਰੋਟੀ ਦੀ ਬੁਰਕੀ ਤਾਂ ਖਾ ਜਾਂਦੇ। ਨਾ ਨਾ ਬਸ ਉੱਥੇ ਪਤਾ ਨਹੀਂ ਕਿੰਨੀ ਕੁ ਗੱਲਬਾਤ ਕਰਦੀ ਪਈ। ਹਾਏ ਰੱਬਾ, ਇਹ ਕਿਹੜੇ ਚੱਕਰਾਂ 'ਚ ਪਾਤਾ ਸਾਨੂੰ, ਸਾਰਾ ਕੁਛ ਨਮੇੜਤਾ ਸੀ, ਹੁਣ ਪਤਾ ਨਹੀਂ ਕੀ ਬਣੂਗਾ। ਖੈਰ ਰੱਖੀ ਰੱਬਾ। ਅੱਜ ਤਾਂ ਮੇਰਾ ਪੜ੍ਹਨ ਦਾ ਜਮਾ ਜੀ ਨਹੀਂ ਹੈਗਾ, ਮੈਂ ਨਹੀਂ ਕਲਾਸ ਲਾਉਣ ਜਾਣਾ। ਹਾਂ ਸੱਚ, ਮੈਨੂੰ ਸੰਜੇ ਨਾਲ ਗੱਲ ਕਰਨੀ ਪੈਣੀ ਹੈ, ਉਹ ਮੈਨੂੰ ਕਹਿ ਰਿਹਾ ਸੀਗਾ ਕਿ ਮੇਰਾ ਡੈਡੀ ਮੈਨੇਜਰ ਲੱਗਿਆ ਹੋਇਆ ਬੈਂਕ 'ਚ।
ਪਰ ਮੈਨੂੰ ਉਹ ਤੋਂ ਪਹਿਲਾਂ ਸੌਰੀ ਮੰਗਣੀ ਪੈਣੀ ਹੈ। ਮੈਂ ਉਹਦੇ ਥੱਪੜ ਮਾਰਿਆ ਸੀਗਾ, ਪਤਾ ਨਹੀਂ ਮੈਨੂੰ ਮਾਫ਼ ਕਰੂਗਾ ਕਿ ਨਹੀਂ। ਸਹੀ ਗੱਲ ਹੈ, ਕਦੋਂ ਕਿਹਦੀ ਹੈਲਪ ਦੀ ਲੋੜ ਹੋ ਜੇ ਪਤਾ ਹੀ ਨਹੀਂ ਲੱਗਦਾ। ਚੱਲ ਰਵੀਰ, ਦੇਖੀ ਬਾਕੀ ਅੰਦਰ ਜਾ ਕੇ। ਇੱਕ ਮਿੰਟ ਗੱਲ ਸੁਣਿਓ। ਹਾਂ, ਕੀ ਹੈ? ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ, ਜੇ ਫ੍ਰੀ ਹੋ ਤਾਂ ਪਲੀਜ਼ 2 ਮਿੰਟ ਮੇਰੀ ਗੱਲ ਸੁਣ ਲਓ। ਦੱਸੋ ਕੀ ਗੱਲ ਹੈ। ਚੱਲ ਕਰ ਲੈ ਫਿਰ ਗੱਲ, ਮੈਂ ਕਰ ਲੈ ਗੱਲ। ਐਕਚੁਅਲੀ ਨਾ ਮੇਰੇ ਘਰ ਥੋੜ੍ਹੀ ਪ੍ਰੋਬਲਮ ਚੱਲ ਰਹੀ ਹੈ। ਤੁਸੀਂ ਦੱਸਿਆ ਸੀ ਨਾ ਵੀ ਤੁਹਾਡੇ ਪਾਪਾ ਬੈਂਕ 'ਚ ਮੈਨੇਜਰ ਨੇ। ਉਹ ਸਭ ਤਾਂ ਠੀਕ ਹੈ, ਗੱਲ ਦੱਸ ਕੀ ਹੈ? ਗੱਲ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਬਟ ਉਸ ਦਿਨ ਲਈ ਰੀਅਲੀ ਸੌਰੀ। ਮੈਂ ਤੁਹਾਡੇ ਥੱਪੜ ਮਾਰਿਆ, ਮੈਨੂੰ ਮਾਰਨਾ ਨਹੀਂ ਚਾਹੀਦਾ ਸੀਗਾ। ਪਹਿਲੀ ਜੇ ਨਾ ਪਾਓ, ਕੰਮ ਕੀ ਉਹ ਦੱਸੋ। ਐਕਚੁਅਲੀ ਨਾ ਸਾਡੇ ਘਰ ਨਾ ਕੋਈ ਆਇਆ ਸੀਗਾ ਬੈਂਕ ਤੋਂ, ਉਹ ਕਹਿੰਦੇ ਕਿ ਤੁਹਾਡਾ 10 ਲੱਖ ਦਾ ਲੋਨ ਹੈ, ਅਤੇ ਮੈਨੂੰ ਨਹੀਂ ਪਤਾ ਉਹ ਕਿਸ ਚੀਜ਼ ਦਾ ਲੋਨ ਕਹਿ ਰਿਹਾ, ਬਟ ਮੇਰੇ ਪਾਪਾ ਬਹੁਤ ਹੀ ਜ਼ਿਆਦਾ ਟੈਨਸ਼ਨ 'ਚ ਆਏ ਪਏ ਹੈ। ਤੁਹਾਡੇ ਪਾਪਾ ਨਾ ਮੈਨੇਜਰ ਨੇ ਥੋੜ੍ਹੀ ਹੈਲਪ ਕਰ ਸਕਦੇ ਆ ਸਾਡੀ? ਦੇਖੋ, ਹੈਲਪ ਤਾਂ ਮੈਂ ਕਰ ਸਕਦਾ, ਪਰ ਇਹਦੇ 'ਚ ਮੇਰਾ ਕੀ ਫਾਇਦਾ? ਮੈਂ ਸਮਝੀ ਨਹੀਂ ਕੁਛ। ਮੈਂ ਸਮਝਾਉਣਾ ਤੁਹਾਨੂੰ। ਚਲੋ ਠੀਕ ਹੈ, ਮੈਂ ਕਹਿ ਕਹਾ ਕੇ ਤੁਹਾਡਾ ਕਰਜ਼ਾ ਕੁਰਜ਼ਾ ਮਾਫ਼ ਕਰਵਾ ਦੂੰਗਾ, ਪਰ ਉਹ ਬਦਲੇ 'ਚ ਮੈਨੂੰ ਵੀ ਤਾਂ ਕੁਛ ਮਿਲਣਾ ਚਾਹੀਦਾ ਨਾ। ਹਾਂ ਹਾਂ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ। ਦੱਸੂੰਗਾ ਮੈਂ ਤੁਹਾਨੂੰ, ਸ਼ਾਮ ਨੂੰ ਮਿਲਿਓ ਆਪਣੇ ਵਾਟਰ ਬਾਕਸ ਦੀ ਬੈਕ ਸਾਈਡ 'ਤੇ। ਠੀਕ ਹੈ, 6 ਵਜੇ ਵੇਟ ਕਰੂੰਗਾ ਉੱਥੇ। ਓਕੇ, ਪਰ ਮੇਰੀ ਹੈਲਪ ਕਰ ਦੋਗੇ ਨਾ ਤੁਸੀਂ? ਪਰਵਾਹ ਨਾ ਕਰੋ, ਸਭ ਮੇਰੇ ਹੱਥ 'ਚ ਹੀ ਹੈ, ਸਭ ਠੀਕ ਹੋ ਜੂਗਾ। ਤੁਸੀਂ ਜਾਓ ਘਰੇ, ਪਰ ਯਾਦ ਰੱਖਿਓ 6 ਵਜੇ। ਠੀਕ ਹੈ। ਠੀਕ ਹੈ, ਓਕੇ। ਰਵੀ, ਕੀ ਗੱਲ ਰਵੀ, ਤੂੰ ਕਾਹਦੋਂ ਸਾਈਡ 'ਤੇ ਖੜ ਗਿਆ ਆ ਕੇ? ਮੈਂ ਕਿਹਾ ਖਬਰ ਅਗਲੀ ਦਿੱਕਤ ਤਾਂ ਥੱਪੜ ਹੋਰ ਮਾਰਨਾ ਹੋਵੇ, ਹੁਣ ਮੇਰੇ ਸਾਹਮਣੇ ਹੀ ਥੱਪੜ ਖਾਂਦਾ ਸੋਹਣਾ ਥੋੜ੍ਹੀ ਲੱਗੇਗਾ। ਯਾਰ ਤੇਰੀ ਉਹੀ ਗੱਲਾਂ, ਤੈਨੂੰ ਨਹੀਂ ਪਤਾ ਮਾਫ਼ੀ ਮੰਗ ਕੇ ਗਏ ਤੇਰੇ ਭਾਈ ਤੋਂ। ਅੱਛਾ, ਫਿਰ? ਫਿਰ ਕੀ ਕੰਮ ਆ ਕਹਿੰਦੀ ਕੋਈ? ਅੱਛਾ, ਮੈਂ ਕਿਹਾ ਕੋਈ ਨਹੀਂ ਕਰ ਦਾਂਗੇ, ਬੁਲਾ ਲਿਆ ਸ਼ਾਮ ਨੂੰ। ਲਾਤੀ ਫਿਰ ਕੀ ਹੁੰਦਾ? ਨਹੀਂ ਆ ਫਿਰ, ਚੱਲ ਲਾਇਆ ਕਿੱਥੇ ਵੇ? ਵਾਟਰ ਬਾਕਸ ਦੀ ਬੈਕ ਸਾਈਡ 'ਤੇ ਚੱਲੇਗਾ। ਚੱਲ ਆਪਣੇ ਖੇਤ 'ਚ ਹੀ ਬੁਲਾ ਲਾਂਗੇ। ਅੱਛਾ ਚੱਲ, ਹੁਣ ਤਾਂ ਸਾਲੇ ਤੇਰੇ ਨੂੰ ਵੱਧ ਚਾਹ ਮੈਨੂੰ। ਸੰਜੇ, ਤੂੰ ਬੁਲਾਇਆ ਸੀਗਾ 6 ਵਜੇ, ਅਤੇ ਹੁਣ ਦੱਸ ਕੀ ਕੰਮ ਹੈ? ਟਾਈਮ ਦੀ ਬੜੀ ਪੱਕੀ ਹੈ, ਜਮਾਂ ਸਹੀ ਟਾਈਮ 'ਤੇ ਆਈ ਹੈ। ਲੱਗਦਾ ਪਤਾ ਤੂੰ ਕਿਸੇ ਵੱਡੀ ਮੁਸੀਬਤ 'ਚ ਹੈ। ਕੋਈ ਨਹੀਂ, ਕਰ ਦਾਂਗੇ ਹੱਲ। ਬਸ ਇਸ ਚੀਜ਼ 'ਚ ਮੇਰੀ ਮਦਦ ਕਰ ਦੇ, ਮੇਰਾ ਡੈਡੀ ਬਹੁਤ ਹੀ ਟੈਨਸ਼ਨ 'ਚ ਹੈ। ਫਿਕਰ ਕਿਉਂ ਕਰਦੀ ਹੈ? ਵੈਸੇ ਆਹ ਹੱਥ ਨਾਲ ਥੱਪੜ ਮਾਰਿਆ ਸੀ ਨਾ ਮੇਰੇ ਤੋਂ? ਸੰਜੇ, ਮੈਨੂੰ ਮਾਫ਼ ਕਰ ਦੇ। ਮਾਫ਼ ਤਾਂ ਤੈਨੂੰ ਕਰਤਾ, ਬਸ ਉਹ ਥੱਪੜ ਦੀ ਕੀਮਤ ਤੈਨੂੰ ਹੁਣ ਭਰਨੀ ਪੈਣੀ। ਕੀ ਮਤਲਬ? ਸਭ ਸਮਝੇਂਗੀ।
ਮੈਨੂੰ ਪਤਾ ਨਹੀਂ ਸੰਜੇ ਤੂੰ ਕੀ ਕਹਿਣਾ ਚਾਹੁੰਦਾ, ਪਰ ਮੈਨੂੰ ਆਪਣੇ ਡੈਡੀ ਦੀ ਬਹੁਤ ਫਿਕਰ ਹੈ। ਜੇ ਉਹਨੇ ਫਾਹਾ ਲੈ ਲਿਆ ਮੇਰਾ ਕੀ ਬਣੇਗਾ? ਫਿਕਰ ਨਾ ਕਰ, ਤੇਰੇ ਘਰ ਜਾਂਦੇ ਨੂੰ ਨਾ ਸਭ ਕੁਝ ਸਹੀ ਹੋਊਗਾ, ਭਰੋਸਾ ਕਰ ਮੇਰੇ 'ਤੇ। ਆ ਜਾ। ਦੀਪੀ ਵੀ ਨਾ ਪਤਾ ਨਹੀਂ ਕਿੱਥੇ ਰਹਿ ਗਈ। ਹੋ ਆ ਗਈ। ਦੀਪੀ ਪੁੱਤ ਤੂੰ ਕਿੱਥੇ ਰਹਿ ਗਈ ਸੀ? ਮੈਂ ਕਦੋਂ ਦੀ ਡੀਕਦੀ ਪਈ ਆ, ਅੱਗੇ ਤੇ ਤੂੰ ਟਾਈਮ ਨਾਲ ਆ ਜਾਂਦੀ। ਅੱਜ ਕੀ ਹੋ ਗਿਆ, ਲੇਟ ਹੋ ਗਈ? ਕੁਛ ਨਹੀਂ ਮੰਮੀ, ਉਹ ਸਹੇਲੀ ਕੋਲੇ ਚਲੀ ਗਈ ਸੀਗੀ। ਅੱਛਾ ਪੁੱਤ, ਕੋਈ ਗੱਲ ਨਹੀਂ, ਜੇ ਭੱਗ ਗਈ ਸੀ ਠੀਕ ਹੈ, ਘੱਟੋ ਘੱਟੀ ਫੋਨ ਤਾਂ ਕਰ ਦਿੰਦੀ, ਇੱਥੇ ਮੈਨੂੰ ਟੈਨਸ਼ਨ ਹੋਈ ਪਈ ਸੀ। ਚਲੋ ਛੱਡੋ, ਡੈਡੀ ਕਿੱਥੇ ਹੈ? ਉਹ ਤੇਰੇ ਡੈਡੀ ਤਾਂ ਨਾ ਪੁੱਤ ਮੈਂ ਬੈਂਕ 'ਚ ਭੇਜਿਆਗਾ, ਆਹ ਆਪਣਾ ਮੈਂਬਰ ਨਹੀਂ ਮੰਗੂ ਉਹਦੇ ਨਾਲ ਭੇਜਿਆ, ਮਹਾਂ ਉੱਥੇ ਜਾ ਕੇ ਪਤਾ ਤਾਂ ਕਰ ਲਓ ਮਾੜਾ ਮੋਟਾ, ਫਿਰ ਹੀ ਪਤਾ ਲੱਗੂਗਾ। ਮੰਮੀ ਟੈਨਸ਼ਨ ਨਾ ਲਓ, ਬੈਂਕ 'ਚ ਸਾਰਾ ਕੁਝ ਸਹੀ ਹੋਏਗਾ। ਚੱਲ ਪੁੱਤ ਤੇਰੇ ਬੋਲ ਪੂਰੇ ਹੋਣ। ਹੋ ਆ ਗਿਆ ਤੇ ਡੈਡੀ। ਮੈਂ ਜਾਇਆ ਬੈਂਕ। ਕੀ ਬਣਿਆ ਜੀ? ਉਹ ਮੰਗੂ ਨਾਲ ਲੈ ਗਿਆ ਸੀਗਾ। ਹਾਂ ਹਾਂ, ਤਾਂ ਮੈਂ ਉੱਥੇ ਦਾ ਸਾਰੇ ਕਾਗਜ਼ ਚੈੱਕ ਕਰੇ, ਉਹ ਆਪਣਾ ਤਾਂ ਰੁਪਈਆ ਨਹੀਂ ਦੇਣਾ ਹੈਗਾ। ਸੱਚੀ ਕਹਿ ਰਹੇ ਹੋ? ਹਾਂ, ਉਹ ਦੇਖੇ ਸਾਰਿਆਂ ਨੇ ਭਾਈ। ਮੈਂ ਯਾਰ ਭਾਈ ਫਿਰ ਆ ਕੀ ਗੱਲ, ਤੁਹਾਡਾ ਬੈਂਕ ਦਾ ਕੋਈ ਬੰਦਾ ਆਇਆ ਸੀਗਾ, ਕਹਿੰਦੇ ਵੀ ਤੁਹਾਨੂੰ ਕਰਜ਼ਾ ਦੇਣਾ ਹੈ ਤੁਹਾਡਾ, ਉਹ ਕਹਿੰਦੇ ਵੀ ਅਸੀਂ ਨਹੀਂ ਭੇਜਿਆ ਹੈਗਾ। ਮੈਂ ਫਿਰ ਭਾਈ ਉਹ ਕੌਣ ਸੀ? ਹਾਂਜੀ, ਇਹ ਤਾਂ ਸੋਚਣ ਵਾਲੀ ਗੱਲ ਹੈ, ਫਿਰ ਇਹ ਕੌਣ ਆਇਆ ਸੀ ਆਪਣੇ ਘਰ? ਉਹ ਕਹਿੰਦੇ ਕੋਈ 420 ਹੋਣਾ, 420 ਵਾਲਾ ਕੋਈ, ਇਹ ਸਾਲਾ ਆਪਣੇ ਤੋਂ ਕੋਈ ਪੈਸੇ ਪੈ ਭਾਲਦਾ ਸੀਗਾ ਵੀ ਦੇ ਦੇਣਗੇ ਕੁਛ, ਇੰਨਾ ਸ਼ੁਕਰ ਵਧੀਆ ਹੋਇਆ ਕਹਿੰਦੇ ਆਪਾਂ ਉਹਨਾਂ ਨੂੰ ਕੁਛ ਦਿੱਤਾ ਆ, ਹੈਂ ਤੂੰ ਚੰਗਾ ਕੀਤਾ ਵੀ ਮੰਗੂ ਨੂੰ ਲੈ ਜਾ, ਮੈਂ ਮੰਗੂ ਨਾਲ ਲੈ ਕੇ ਚਲਿਆ ਗਿਆ ਬੈਂਕ 'ਚ, ਉਹ ਤਾਂ ਕਹਿੰਦੇ ਕੁਛ ਨਹੀਂ ਦੇਣਾ। ਸਹੀ ਗੱਲ ਹੈ ਜੀ, ਆ ਤੁਸੀਂ ਤਾਂ ਨਾ ਹੱਥ 'ਤੇ ਹੱਥ ਧਰੀ ਬੈਠੇ, ਮਿੱਟੇ ਰਿਟਾ ਕੇ ਬੈਠੇ ਸੀਗੇ। ਓਏ ਤੂੰ ਸਿਆਣੀ ਗੱਲ ਕਰਤੀ ਤਾਂ ਵੀ ਮੰਗੂ ਨੂੰ ਲੈ ਜਾਓ ਨਾਲ, ਉਹ ਮੰਗੂ ਤੈਨੂੰ ਪਤਾ ਚਾਰ ਜਮਾਤਾਂ ਪੜਿਆ ਹੋਇਆ, ਹੁਣ ਤਾਂ ਗਾਹ ਪਾਤਾ ਜਾ ਕੇ ਵੀ ਮੇਰੇ ਭਾਈ ਦੇ ਤੁਸੀਂ ਕਰਜ਼ਾ ਚੜ੍ਹ ਕਰੀ ਜਾਂਦੇ ਹੋ ਵੀ ਅਸੀਂ ਕਲੀਅਰ ਤਾਂ ਕਰ ਗਏ ਸਾਰਾ। ਸਹੀ ਗੱਲ ਹੈ ਜੀ, ਪੜ੍ਹੇ ਲਿਖਿਆਂ ਦਾ ਤਾਂ ਇਹੀ ਫਰਜ਼ ਬਣਦਾ ਹੈਗਾ। ਸ਼ੁਕਰ ਹੈ ਜੀ ਪਰਮਾਤਮਾ ਦਾ, ਸਭ ਕੁਝ ਠੀਕ ਹੋ ਗਿਆ। ਹਾਂ ਪ੍ਰੀਤਾ, ਇਹ ਸ਼ੁਕਰ ਆ ਪਰਮਾਤਮਾ, ਮੇਰੀ ਇੱਜ਼ਤ ਵੱਜ ਗਈ। ਹੈ ਚੱਲ ਐਂ ਕਰ, ਭੁੱਖ ਲੱਗਦੀ ਆ, ਰੋਟੀ ਰੋਟੀ ਖਾ ਮੈਨੂੰ। ਹਾਂਜੀ ਹਾਂਜੀ, ਚਲੋ ਬੈਠੋ, ਮੈਂ ਲਿਆਉਂਦੀ ਹਾਂ ਰੋਟੀ। ਆ ਜਾ ਆ ਜਾ ਪੁੱਤ, ਤੂੰ ਵੀ ਖਾ ਲੈ ਰੋਟੀ। ਡੈਡੀ ਤੁਸੀਂ ਇੱਜ਼ਤ ਦੀ ਕੀ ਗੱਲ ਕਰਦੇ ਹੋ, ਇੱਜ਼ਤ ਤਾਂ ਹੁਣ ਮਿੱਟੀ 'ਚ ਰੁਲ ਚੁੱਕੀ ਹੈ। ਨਾਲੇ ਉਹ ਜਿਹੜਾ ਮੁੰਡਾ ਘਰ ਆਇਆ ਸੀ, ਤੁਹਾਨੂੰ ਨਹੀਂ ਪਤਾ ਉਹਨੂੰ ਕਿਹਨੇ ਭੇਜਿਆ, ਪਰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਉਹਨੂੰ ਕਿਹਨੇ ਭੇਜਿਆ ਸੀ। ਇੰਨਾ ਵੱਡਾ ਧੋਖਾ ਮੇਰੇ ਨਾਲ, ਮੈਂ ਉਹਦੇ ਕੋਲ ਆਪਣੀ ਮਦਦ ਵਾਸਤੇ ਗਈ ਸੀ ਪਰ ਉਹਨੇ ਮੇਰਾ ਫਾਇਦਾ ਚੱਕਿਆ। ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲਾਉਂਗੀ। ਹਾਏ ਰੱਬਾ, ਮੈਨੂੰ ਪਤਾ ਮੈਂ ਮਾਫੀ ਦੇ ਲਾਇਕ ਤਾਂ ਨਹੀਂ ਹੈਗੀ। Ha ha ha.
ਕੁੜੀਏ ਕਮਲੀ ਹੋਈ ਆ ਤੂੰ, ਇਹ ਕੀ ਕਰੀ ਜਾਂਦੀ ਆ? ਮੈਨੂੰ ਮਾਰ ਲੈਣ ਦੋ। ਗੱਲ ਕੀ ਹੋਈ ਆ, ਗੱਲ ਦੱਸ ਮੈਨੂੰ, ਬਹਿ ਜਾ ਇੱਥੇ। ਕੀ ਗੱਲ ਹੋ ਗਈ, ਕੌਣ ਆ ਤੂੰ, ਕਿੱਥੋਂ ਆਈ ਆ? ਕੀ ਦੱਸਾਂ ਹੁਣ ਮੈਂ ਤੁਹਾਨੂੰ, ਮੇਰੇ ਨਾਲ ਤਾਂ ਜ਼ਬਰਦਸਤੀ ਹੋ ਗਈ, ਮੈਨੂੰ ਨਾ ਪੁੱਛ, ਮੈਨੂੰ ਮਾਰ ਲੈਂਦੇ। ਗੱਲ ਸੁਣ ਤੂੰ ਮੇਰੀ, ਹਾਏ ਨਹੀਂ ਮੈਂ ਤੈਨੂੰ ਮਾਰਨ ਦਿੰਦਾ, ਤੂੰ ਮੈਨੂੰ ਗੱਲ ਦੱਸ, ਗੱਲ ਕੀ ਹੋਈ? ਕੀ ਦੱਸਾਂ, ਇੱਕ ਦਰਿੰਦੇ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਕਿਉਂ ਓਏ, ਕੀ ਬਣਦਾ? ਬਸ ਬਾਨਾ ਬਣਾਉਣਾ ਕੀ ਆ, ਕੀ ਕਰੀਏ ਨਾ ਉਰੇ? ਕੁਛ ਨਹੀਂ, ਬਸ ਆ ਬਾਣ ਜਾ ਵਾ ਕੇ ਹਟਿਆ ਸੀ, ਇਧਰੋਂ ਤਾਂ ਨਿਬੇੜ ਤਾਂ ਕੰਮ ਇੱਧਰ ਰਹਿ ਗਿਆ। ਚੱਲ ਵਧੀਆ ਕਰਿਆ। ਤੂੰ ਦੱਸ ਕੀ ਬਣਾਉਣਾ? ਰਵੀ ਜਿਹੜੇ ਨੇ ਥੱਪੜ ਨਹੀਂ ਮਾਰਿਆ ਸੀ ਕਾਲਜ 'ਚ, ਆਹੋ ਉਹਦਾ ਬਦਲਾ ਲੈ ਲਿਆ ਤੇਰੇ ਭਾਈ ਨੇ ਅੱਜ। ਚੱਲ ਵਧੀਆ ਕੀਤਾ, ਨਹੀਂ ਬੋਝ ਹੀ ਰਹਿਣਾ ਸੀ ਤੇਰੇ ਦਿਮਾਗ 'ਤੇ। ਸ਼ਰਮ ਤਾਂ ਨਹੀਂ ਆਉਂਦੀ ਨਾ ਤੁਹਾਨੂੰ, ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਇੱਥੇ ਖੁਸ਼ ਹੋਈ ਜਾਂਦੇ ਹੋ? ਮਰਨ ਚੱਲੀ ਸੀ ਅੱਜ ਇਹ, ਜੇ ਮੈਂ ਮੌਕੇ 'ਤੇ ਇਹਨੂੰ ਬਚਾਉਣ ਨਾ ਪਹੁੰਚਦਾ ਤਾਂ ਇਹਨੇ ਇੱਥੇ ਹੋਣਾ ਨਹੀਂ ਸੀ। ਤੁਹਾਡੀ ਦਰਿੰਦਗੀ ਕਰਕੇ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ, ਬਸ ਸ਼ਰਮ ਕਰ ਲਓ ਮਾੜੀ ਮੋਟੀ। ਅੱਛਾ, ਨਾ ਤੈਨੂੰ ਇਹਦੀ ਜਾਣ ਦੀ ਜ਼ਿਆਦਾ ਫਿਕਰ ਨਹੀਂ? ਜਿਹੜੀ ਇਹਨੇ ਮੇਰੀ ਬੇਇੱਜ਼ਤੀ ਕੀਤੀ ਆ, ਉਹ ਪਿਆਰ ਕਰਦਾ ਸੀ ਮੈਨੂੰ, ਥੱਪੜ ਮਾਰਿਆ ਸੀ ਮੇਰੇ ਮੂੰਹ 'ਤੇ ਇਹਨੇ, ਬਸ ਉਹਦਾ ਬਦਲਾ ਲਿਆ। ਪਿਆਰ ਕਰਦਾ ਸੀ? ਜੇ ਤੂੰ ਇਹਨੂੰ ਪਿਆਰ ਕਰਦਾ ਹੁੰਦਾ ਨਾ ਤਾਂ ਨੀਚ ਹਰਕਤ ਨਹੀਂ ਕਰਦਾ ਸੀ ਤੂੰ। ਉਹ ਯਾਰ ਤੇਰੀ ਲੱਗਦੀ ਕੀ ਇਹ, ਨਾਲੇ ਤੂੰ ਕੌਣ ਆ ਸਾਨੂੰ ਮੱਤਾ ਦੇਣ ਵਾਲਾ? ਉਹ ਜਾ ਕੰਮ ਕਰ ਜਾ ਕੇ ਆਪਦਾ। ਮੈਂ ਆਪਦਾ ਕੰਮ ਹੀ ਕਰ ਰਿਹਾ, ਪੁਲਿਸ ਅਫਸਰ ਹਾਂ ਮੈਂ। ਤੇਰੇ ਮੇਰੀ ਗੱਲ ਸੁਣ, ਜਿਹੜਾ ਜੁਰਮ ਤੂੰ ਕੀਤਾ ਨਾ ਇਹਦੀ ਸਜ਼ਾ ਹੁਣ ਤੈਨੂੰ ਜੇਲ੍ਹ 'ਚ ਮਿਲੂਗੀ। ਗੱਲ ਸੁਣੋ ਜੀ, ਠੀਕ ਹੈ ਜਿਹਨੇ ਗਲਤੀ ਤਾਂ ਕੀਤੀ ਹੈ, ਪਰ ਇਸ ਕੁੜੀ ਨੂੰ ਅਸਲ 'ਚ ਪਿਆਰ ਹੀ ਕਰਦਾ ਸੀ, ਪਰ ਇਹਨੂੰ ਪਿਆਰ ਕਰਨ ਦਾ ਤਰੀਕਾ ਹੀ ਨਹੀਂ ਆਇਆ, ਬਦਲੇ ਦੇ ਚੱਕਰ 'ਚ ਇਹ ਹੋਰ ਹੀ ਕੁਛ ਕਰ ਬੈਠਾ। ਠੀਕ ਹੈ ਜੇ ਤੂੰ ਗਲਤੀ ਹੋਈ ਹੈ, ਪਰ ਜੇ ਕਿਸੇ ਤਰੀਕੇ ਮਾਫ਼ੀ ਮਿਲ ਸਕਦੀ ਹੈ ਜੀ ਤਾਂ ਦੇ ਦਿਓ ਮੇਰੇ ਦੋਸਤ ਨੂੰ ਮਾਫ਼ੀ। ਮਾਫ਼ੀ ਗਲਤੀਆਂ ਦੀ ਹੁੰਦੀ ਆ, ਜੁਰਮ ਦੀ ਨਹੀਂ ਹੁੰਦੀ। ਨਾਲੇ ਇਹਨੇ ਇਸ ਕੁੜੀ ਦੀ ਇੱਜ਼ਤ ਨੂੰ ਹੱਥ ਪਾਇਆ ਅਤੇ ਇੱਜ਼ਤ ਤੋਂ ਉੱਪਰ ਕੁਛ ਨਹੀਂ ਹੁੰਦਾ, ਬਸ ਹੁਣ ਇਹਦੀ ਬਾਕੀ ਦੀ ਜ਼ਿੰਦਗੀ ਜੇਲ੍ਹ 'ਚ ਲੰਘੂਗੀ। ਚੱਲ ਵੇ।